ਸਵਾਗਤ ਹੈ ਪੀਟੀਸੀ ਨਿਊਜ਼ ਵਿੱਚ ਸਾਰੇ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ, ਤੁਸੀਂ ਦੇਖ ਰਹੇ ਹੋ ਚਿਤਕਾਰਾ ਯੂਨੀਵਰਸਿਟੀ ਪ੍ਰੈਜ਼ੈਂਟਸ ਵਿਚਾਰ ਤਕਰਾਰ, ਪੰਜਾਬ ਦੇ ਵਿੱਚ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਸ਼ੋਅ। ਅਤੇ ਅੱਜ ਇਸ ਸ਼ੋਅ ਦੇ ਵਿੱਚ ਗੱਲ ਹੋਏਗੀ ਵਾਤਾਵਰਣ ਦੀ, ਗੱਲ ਹੋਏਗੀ ਕੁਦਰਤ ਨਾਲ ਛੇੜਛਾੜ ਕਰਨ ਦੀ, ਗੱਲ ਹੋਏਗੀ ਆਉਣ ਵਾਲੇ ਭਵਿੱਖ ਦੀ, ਗੱਲ ਹੋਏਗੀ ਸਾਡੀ ਹੋਂਦ ਦੀ। ਲਗਾਤਾਰ ਤੁਸੀਂ ਵੇਖਿਆ ਹੋਣਾ ਕਿ ਪਿਛਲੇ ਲੰਬੇ ਸਮੇਂ ਤੋਂ, ਭਾਵੇਂ ਉਹ ਬੁੱਢਾ ਨਾਲਾ ਹੋਵੇ ਜਿਹੜਾ ਕਦੇ ਦਰਿਆ ਹੁੰਦਾ ਸੀ, ਜਾਂ ਲਗਾਤਾਰ ਸਰਹੰਦ ਰੋਡ 'ਤੇ ਕੱਟ ਰਹੇ ਪੇੜਾਂ ਦੀ ਗੱਲ ਹੋਵੇ, ਜਾਂ ਪੰਜਾਬ ਦੇ ਵਾਤਾਵਰਣ ਦੇ ਨਾਲ ਹੁੰਦੀ ਛੇੜਛਾੜ ਦੀ ਗੱਲ ਹੋਵੇ, ਮਾਈਨਿੰਗ ਦੀ ਗੱਲ ਹੋਵੇ, ਅਸੀਂ ਲਗਾਤਾਰ ਆਵਾਜ਼ ਚੁੱਕਦੇ ਰਹਿੰਦੇ ਹਾਂ। ਪਰ ਇੱਦਾਂ ਲੱਗਦਾ ਕਿ ਸਰਕਾਰ ਦੇ ਕੰਨਾਂ 'ਤੇ ਜੂੰ ਸਰਕ ਹੀ ਨਹੀਂ ਰਹੀ। ਇੱਥੋਂ ਅੰਦਾਜ਼ਾ ਲਾ ਲਓ ਕਿ ਇੰਨਾ ਮੋਟਾ ਜੁਰਮਾਨਾ NGT ਨੇ ਪੰਜਾਬ ਦੀ ਸਰਕਾਰ ਨੂੰ ਲਗਾਇਆ, ਅਤੇ ਜੇ ਉਹ ਸਾਰੀਆਂ ਗੱਲਾਂ ਮੰਨ ਲਈਆਂ ਹੁੰਦੀਆਂ ਤਾਂ ਬੜੇ ਥੋੜ੍ਹੇ ਪੈਸਿਆਂ ਦੇ ਵਿੱਚ, ਬੜੇ ਘੱਟ ਪੈਸਿਆਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਹੋ ਜਾਣੀਆਂ ਸੀਗੀਆਂ ਜਿਹੜੀਆਂ ਹੁਣ ਇੱਕ ਮੋਟਾ ਜੁਰਮਾਨਾ 1,026 ਕਰੋੜ ਰੁਪਏ ਦਾ ਜੁਰਮਾਨਾ NGT ਨੇ ਪੰਜਾਬ ਦੀ ਸਰਕਾਰ ਨੂੰ ਲਗਾਇਆ। ਇੱਕ ਤਾਂ ਮੁੱਦਾ ਇਹ ਹੈ, ਦੂਜਾ ਮੁੱਦਾ ਬੁੱਢੇ ਨਾਲੇ ਦਾ, ਉਸ 'ਤੇ ਵੀ ਚਰਚਾ ਕਰਾਂਗੇ। ਪੰਜਾਬ ਸਰਕਾਰ ਨੂੰ 1,026 ਕਰੋੜ ਦਾ ਜੁਰਮਾਨਾ NGT ਨੇ ਪੰਜਾਬ ਸਰਕਾਰ ਨੂੰ ਇਹ ਜੁਰਮਾਨਾ ਲਗਾਇਆ, ਔਰ 1,026 ਕਰੋੜ ਰੁਪਏ ਦਾ ਇਹ ਜੁਰਮਾਨਾ ਲੱਗਿਆ। ਰਹਿੰਦ ਖੂੰਹਦ ਦੇ ਪ੍ਰਬੰਧਨ ਲਈ ਢੁੱਕਵੇਂ ਕਦਮ ਨਾ ਚੁੱਕਣ ਕਰਕੇ ਜੁਰਮਾਨਾ ਲਾਇਆ ਗਿਆ। ਅਨਟ੍ਰੀਟਡ ਸੀਵਰੇਜ ਦੇ ਨਿਕਾਸੀ ਲਈ ਇਹ ਜੁਰਮਾਨਾ ਲਗਾਇਆ ਗਿਆ। ਇੱਕ ਮਹੀਨੇ ਦੇ ਅੰਦਰ CPCB ਦੇ ਕੋਲ 1,026 ਕਰੋੜ ਰੁਪਏ ਜਮ੍ਹਾਂ ਕਰਾਉਣ ਦੇ ਹੁਕਮ ਦਿੱਤੇ ਗਏ ਨੇ। NGT ਨੇ ਕਿਹਾ ਕਿ ਨਿਯਮਾਂ ਦੀ ਪਾਲਣਾ ਨਹੀਂ ਹੋ ਰਹੀ ਪੰਜਾਬ ਦੇ ਵਿੱਚ। ਕਰੀਬ 54 ਲੱਖ ਟਨ ਪੁਰਾਣਾ ਕੂੜਾ ਨਿਪਟਾਉਣ ਦੇ ਲਈ 10 ਸਾਲ ਦਾ ਇਹਨਾਂ ਨੂੰ ਸਮਾਂ ਲੱਗ ਗਿਆ। 314 ਲੱਖ ਲੀਟਰ ਸੀਵਰੇਜ ਪਾਣੀ ਟ੍ਰੀਟ ਹੀ ਨਹੀਂ ਕੀਤਾ ਜਾ ਰਿਹਾ। ਇੱਕ ਤਾਂ ਖਬਰ ਅੱਜ ਇਹ ਹੈ ਸਭ ਤੋਂ ਵੱਡੀ, ਦੂਜੀ ਖਬਰ ਇਹ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਭਾਵੇਂ ਉਹ ਲੱਖਾ ਸਿਧਾਣਾ ਹੋਣ ਜਾਂ ਹੋਰ ਸਮਾਜ ਸੇਵੀ ਹੋਣ, ਲਗਾਤਾਰ ਜਿਹੜੇ ਆਵਾਜ਼ ਚੁੱਕ ਰਹੇ ਨੇ ਕਿ ਬੁੱਢਾ ਨਾਲੇ ਦੇ ਹਾਲਾਤ ਅਜਿਹੇ ਬਣ ਚੁੱਕੇ ਨੇ, ਜੋ ਬੁੱਢਾ ਦਰਿਆ ਕਦੇ ਵਰਦਾਨ ਹੁੰਦਾ ਸੀ ਅੱਜ ਉਹ ਕਹਿਰ ਬਣਿਆ ਹੋਇਆ। ਭਾਵੇਂ ਉਹ ਕੈਂਸਰ ਦੀ ਬਿਮਾਰੀ ਹੋਵੇ, ਭਾਵੇਂ ਉਹ ਹੈਜਾ ਹੋਵੇ, ਪੀਲੀਆ ਹੋਵੇ, ਹੈਪੇਟਾਈਟਸ ਹੋਵੇ, ਇਹ ਲਗਾਤਾਰ ਵੰਡਦਾ ਜਾ ਰਿਹਾ ਅਤੇ ਇਸ 'ਤੇ ਕੋਈ ਰੋਕਥਾਮ ਨਹੀਂ ਹੋ ਰਹੀ, ਜਿਸ ਕਰਕੇ ਅੱਜ ਵੀ ਇੱਕ ਅਜਿਹਾ ਘਟਨਾਕ੍ਰਮ ਵਾਪਰਿਆ ਜਿਸ ਤੋਂ ਬਾਅਦ ਇਹ ਲੱਗਦਾ ਕਿ ਸਰਕਾਰ ਦੇ ਆਪਣੇ ਨੁਮਾਇੰਦੇ ਵੀ ਹੁਣ ਇਸ ਗੱਲ ਤੋਂ ਕਾਫੀ ਖਫਾ ਅਤੇ ਨਾਰਾਜ਼ ਨਜ਼ਰ ਆ ਰਹੇ ਨੇ। ਆਪਣੀ ਹੀ ਸਰਕਾਰ ਤੋਂ ਪਰੇਸ਼ਾਨ ਆਪ ਦੇ ਵਿਧਾਇਕ ਨਜ਼ਰ ਆਏ। 650 ਕਰੋੜ ਦੇ ਵਿਕਾਸ ਕਾਰਜਾਂ ਲਈ ਰੱਖੇ ਗਏ ਨੀਂਹ ਪੱਥਰ ਨੂੰ ਵਿਧਾਇਕ ਸਾਹਿਬ ਨੇ ਖੁਦ ਹੀ ਤੋੜ ਦਿੱਤਾ। ਲੁਧਿਆਣਾ ਵੈਸਟ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਨੇ ਇਹ ਨੀਂਹ ਪੱਥਰ ਤੋੜਿਆ। 650 ਕਰੋੜ ਦੇ ਵਿਕਾਸ ਕਾਰਜਾਂ ਲਈ ਇਹ ਨੀਂਹ ਪੱਥਰ ਰੱਖਿਆ ਗਿਆ ਸੀ। ਬੁੱਢੇ ਨਾਲੇ ਦੀ ਸਫਾਈ ਨਾ ਹੋਣ ਕਾਰਨ ਵਿਧਾਇਕ ਸਾਹਿਬ ਨੇ ਇੰਨੀ ਪੱਥਰ ਤੋੜ ਦਿੱਤਾ। ਪ੍ਰਸ਼ਾਸਨਿਕ ਅਧਿਕਾਰੀਆਂ 'ਤੇ ਕਾਰਵਾਈ ਨਾ ਕਰਨ ਕਰਕੇ ਉਹਨਾਂ ਨੇ ਗੁੱਸਾ ਇਹ ਆਪਣਾ ਕੱਢਿਆ। ਇਸ ਪ੍ਰੋਜੈਕਟ ਦਾ ਨੀਂਹ ਪੱਥਰ ਬੁੱਢੇ ਨਾਲੇ ਦੀ ਸਫਾਈ ਕਰਕੇ ਹੀ ਰੱਖਿਆ ਗਿਆ ਸੀਗਾ। 650 ਕਰੋੜ ਦਾ ਟੈਂਡਰ ਹੋਇਆ ਸੀ, ਕੰਪਨੀ ਨੇ ਮਨਮਰਜ਼ੀ ਨਾਲ 598 ਕਰੋੜ ਰੁਪਏ ਖਰਚ ਕੀਤੇ ਨੇ, ਪਰ ਬੁੱਢੇ ਨਾਲੇ ਦਾ ਹਾਲੇ ਤੱਕ ਪਾਣੀ ਕਾਲਾ ਹੀ ਨਜ਼ਰ ਆ ਰਿਹਾ, 1 ਰੁਪਈਆ ਵੀ ਖਰਚਿਆ ਨਜ਼ਰ ਨਹੀਂ ਆ ਰਿਹਾ। ਵਿਧਾਇਕ ਸਾਹਿਬ ਦੇ ਆਪਣੇ ਇਲਜ਼ਾਮ ਨੇ, ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਵੇ। ਸਾਲ 2020 ਦੇ ਵਿੱਚ ਕਾਂਗਰਸ ਦੀ ਸਰਕਾਰ ਵੇਲੇ 650 ਕਰੋੜ ਦਾ ਪ੍ਰੋਜੈਕਟ ਇਹ ਪਾਸ ਹੋਇਆ ਸੀ। 342 ਕਰੋੜ ਸੂਬਾ ਸਰਕਾਰ ਅਤੇ 206 ਕਰੋੜ ਰੁਪਏ ਕੇਂਦਰ ਅਤੇ 100 ਕਰੋੜ ਲੁਧਿਆਣਾ ਨਗਰ ਨਿਗਮ ਵੱਲੋਂ ਦਿੱਤੇ ਜਾਣੇ ਸੀ। ਦਾਅਵਾ ਕੀਤਾ ਜਾ ਰਿਹਾ ਕਿ 80% ਤੋਂ ਵੱਧ ਕੰਮ ਹੋ ਚੁੱਕਾ, ਪਰ ਪਾਣੀ ਹਲੇ ਵੀ ਕਾਲਾ ਹੀ ਨਜ਼ਰ ਆ ਰਿਹਾ। ਉੱਧਰ ਦੂਜੇ ਪਾਸੇ ਪਬਲਿਕ ਐਕਸ਼ਨ ਕਮੇਟੀ, ਸਮਾਜ ਸੇਵੀ ਸੰਸਥਾਵਾਂ ਵੱਲੋਂ ਲਗਾਤਾਰ ਇਸ 'ਤੇ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ। 24 ਅਗਸਤ ਨੂੰ 11 ਵਜੇ ਤੋਂ 3 ਵਜੇ ਤੱਕ ਲੁਧਿਆਣਾ ਦੇ ਵਿੱਚ ਇੱਕ ਰੋਸ ਮਾਰਚ ਕੱਢਣ ਦਾ ਐਲਾਨ ਕੀਤਾ। ਲੱਖਾ ਸਿਧਾਣਾ ਅਤੇ ਹੋਰ ਬੁੱਧੀਜੀਵੀਆਂ ਵੱਲੋਂ ਇਹ ਐਲਾਨ ਕੀਤਾ ਗਿਆ, 15 ਸਤੰਬਰ ਤੱਕ ਜੇ ਸਫਾਈ ਨਾ ਹੋਈ ਤਾਂ ਬੁੱਢੇ ਨਾਲੇ 'ਤੇ ਬੰਨ ਲਾ ਦਿੱਤਾ ਜਾਏਗਾ। ਵਲੀਪੁਰ ਨੇੜੇ ਬੁੱਢੇ ਨਾਲਾ ਦਾ ਜਿਹੜਾ ਪਾਣੀ ਹੈ ਸਤਲੁਜ ਦਰਿਆ ਦੇ ਵਿੱਚ ਪੈ ਰਿਹਾ, ਜਿਸ ਦੇ ਕਰਕੇ ਸਾਰੇ ਦਾ ਸਾਰਾ ਸਤਲੁਜ ਹੈ ਜਿਹੜਾ ਉਹ ਪਲੀਤ ਹੋ ਰਿਹਾ। ਸੋ ਇਹ 2 ਅਹਿਮ ਮੁੱਦੇ ਨੇ ਜਿਹੜੇ ਸਾਡੀ ਹੋਂਦ ਦੇ ਨਾਲ ਜੁੜੇ ਹੋਏ ਨੇ। ਬਹੁਤ ਸਾਰੇ ਹੋਰ ਵੀ ਮੁੱਦੇ ਨੇ, ਪਰ ਇਹ ਮੁੱਦਾ ਮੈਨੂੰ ਲੱਗਦਾ ਕਿ ਅੱਜ ਦਾ ਸਭ ਤੋਂ ਖਾਸ ਮੁੱਦਾ ਆਉਣ ਵਾਲੀ ਪਨੀਰੀ 'ਤੇ ਸਾਡੇ ਲਈ। ਮੇਰੇ ਨਾਲ ਮੌਜੂਦ ਨੇ ਜਸਕਿਰਤ ਸਿੰਘ, ਮੈਂਬਰ ਨੇ ਕੋਰ ਕਮੇਟੀ ਕਾਲਾ ਪਾਣੀ ਮੋਰਚਾ ਦੇ। ਮੇਰੇ ਨਾਲ ਮੌਜੂਦ ਨੇ ਕੁਲਦੀਪ ਸਿੰਘ ਖਹਿਰਾ ਸਾਹਿਬ, ਮੈਂਬਰ ਨੇ ਕੋਰ ਕਮੇਟੀ ਪਬਲਿਕ ਐਕਸ਼ਨ ਕਮੇਟੀ ਮੱਤੇਵਾਲਾ।
ਲੱਖਾ ਸਦਾਣਾ ਸਾਹਿਬ ਮੇਰੇ ਨਾਲ ਮੌਜੂਦ ਨੇ, ਸਮਾਜ ਸੇਵੀ ਨੇ ਜਿਨ੍ਹਾਂ ਨੇ ਹੋਕਾ ਦਿੱਤਾ ਇਹ ਸਭ ਕੁਝ ਕਰਨ ਦੇ ਲਈ। ਔਰ ਨਵੀਨ ਸ਼ਰਮਾ ਲਾਈਵ ਮੇਰੇ ਨਾਲ ਬੁੱਢਾ ਨਾਲਾ ਤੋਂ ਮੇਰੇ ਸਹਿਯੋਗੀ ਜੁੜੇ ਹੋਏ ਨੇ। ਇੱਕ ਫਟਾਫਟ ਨਵੀਨ ਸ਼ਰਮਾ ਤੋਂ ਗਰਾਊਂਡ ਦੀ ਰਿਪੋਰਟ ਲੈਂਦੇ ਹਾਂ, ਫਿਰ ਬਾਕੀ ਮਹਿਮਾਨਾਂ ਕੋਲ ਜਾਂਦੇ ਹਾਂ। ਨਵੀਨ, ਅੱਜ ਅਸੀਂ ਦੇਖਿਆ ਕਿ ਆਪ ਹੀ ਉਹਨਾਂ ਨੇ ਵਿਧਾਇਕ ਸਾਹਿਬ ਨੇ ਨੀਂਹ ਪੱਥਰ ਤੋੜ ਦਿੱਤਾ। ਬਹੁਤੇ ਲੋਕ ਤਾਂ ਕਹਿ ਰਹੇ ਹਨ ਕਿ ਡਰਾਮੇ ਕਰਨ ਦੇ ਵਿੱਚ ਇਹ ਮੰਤਰੀ ਸਾਹਿਬ ਸਭ ਤੋਂ ਅੱਗੇ ਹੁੰਦੇ ਨੇ ਜਾਂ ਵਿਧਾਇਕ ਸਾਹਿਬ ਸਭ ਤੋਂ ਅੱਗੇ ਹੁੰਦੇ ਨੇ, ਜਦੋਂ ਇਹ ਪਤਾ ਹੈ ਕਿ ਇੱਕ ਡੈਡਲਾਈਨ ਦੇ ਦਿੱਤੀ ਗਈ ਹੈ ਸਮਾਜ ਸੇਵੀਆਂ ਵੱਲੋਂ, ਅਤੇ ਆਪ ਹੀ ਉਹਨਾਂ ਦੇ ਵਿੱਚ ਸ਼ਾਮਿਲ ਹੋ ਜਾਓ। ਦੇਖੋ ਜੀ, ਤੁਹਾਡੀ ਤਾਂ ਦੂਰ ਦੀ ਗੱਲ ਹੈ, ਸਰਕਾਰ ਤਾਂ ਸਾਡੀ ਨਹੀਂ ਸੁਣਦੀ, ਪ੍ਰਸ਼ਾਸਨ ਤਾਂ ਸਾਡੀ ਨਹੀਂ ਸੁਣਦਾ। ਉਹ ਦੇਖੋ ਹਰਪ੍ਰੀਤ ਜੀ, ਇਹ ਇਤਿਹਾਸ 'ਚ ਮੇਰੇ ਖਿਆਲ ਨਾਲ ਪਹਿਲੀ ਤਸਵੀਰ ਮੈਂ ਦੇਖੀ ਆ ਆਪਣੇ ਜਰਨਲਿਜ਼ਮ ਦੇ ਵਿੱਚ, ਕਿ ਇੱਕ ਵਿਧਾਇਕ ਜਿਹਦੀ ਸਰਕਾਰ ਹੈ ਔਰ ਪ੍ਰਸ਼ਾਸਨ ਵੀ ਕਿਉਂਕਿ ਸਰਕਾਰ ਦੇ ਨਾਲ ਚੱਲਦਾ, ਕਿਉਂਕਿ ਸਰਕਾਰ ਦੇ ਵਿਧਾਇਕ ਖੁਦ ਬੁੱਢੇ ਨਾਲੇ ਦੇ ਉੱਤੇ ਆ ਕੇ ਉਹਨੇ ਇਸ ਨੀਂਹ ਪੱਥਰ ਨੂੰ ਤੋੜਿਆ ਔਰ ਉਸੇ ਨੇ ਨੀਂਹ ਪੱਥਰ ਖਵਾਇਆ ਸੀ ਉਸ ਵਿਧਾਇਕ ਨੇ, ਔਰ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੇ ਉਦਘਾਟਨ ਕੀਤਾ ਸੀ ਇਹ ਨੀਂਹ ਪੱਥਰ ਜਿਹੜਾ ਤੋੜਿਆ ਗਿਆ। ਅੱਜ ਉਸ ਜਗ੍ਹਾ ਤੇ ਗਰਾਊਂਡ ਮੈਂ ਤਸਵੀਰਾਂ ਦਿਖਾ ਰਿਹਾ ਗਰਾਊਂਡ ਜ਼ੀਰੋ ਤੋਂ, ਔਰ ਇਹ ਨੀਂਹ ਪੱਥਰ ਇੱਥੋਂ ਤੋੜ ਦਿੱਤਾ ਗਿਆ। ਜਿਸ ਤਰ੍ਹਾਂ ਦੇ ਨਾਲ ਤਸਵੀਰਾਂ ਆਈਆਂ ਕਿ ਆਪਣੇ ਹੱਥਾਂ ਦੇ ਵਿੱਚ ਇੱਕ ਉਜ਼ਾਰ ਫੜ ਕੇ ਨੀਂਹ ਪੱਥਰ ਦੇ ਉੱਤੇ ਮਾਰਿਆ ਗਿਆ, ਔਰ ਇਹਦੀਆਂ ਇੱਟਾਂ ਜਿਹੜੀਆਂ ਨੇ ਉਹ ਬੁੱਢੇ ਨਾਲੇ ਦੇ ਵਿੱਚ ਵੀ ਡਿੱਗੀਆਂ ਨੇ, ਔਰ ਬਾਕੀ ਜਿਹੜਾ ਮਟੀਰੀਅਲ ਆ ਉਹ ਥੱਲੇ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਇਸ ਬੁੱਢੇ ਨਾਲੇ ਦੇ ਵਿੱਚ ਸ਼ਾਇਦ ਇਹ ਵਿਧਾਇਕ ਸਾਹਿਬ ਜ਼ਰੂਰ ਕਹਿ ਰਹੇ ਨੇ ਕਿ ਜਿਹੜਾ ਨੀਂਹ ਪੱਥਰ ਹੈ ਉਹ ਜਿਹੜਾ ਵਿੱਚ ਲੱਗਿਆ ਹੁੰਦਾ ਉਸ ਨੂੰ ਅਸੀਂ ਨਗਰ ਨਿਗਮ ਵਿੱਚ ਜਮ੍ਹਾਂ ਕਰਵਾਤਾ, ਪਰ ਮੈਨੂੰ ਲੱਗਦਾ ਨਹੀਂ ਕਿਉਂਕਿ ਜਿਸ ਹਿਸਾਬ ਦੇ ਨਾਲ ਇੱਟਾਂ ਡਿੱਗੀਆਂ ਹੋਈਆਂ ਲੱਗਦਾ ਕਿ ਵਿਧਾਇਕ ਸਾਹਿਬ ਥੱਲੇ ਹੀ ਸੱਟ ਗਏ ਨੇ ਨੀਂਹ ਪੱਥਰ ਨੂੰ। ਪਰ ਇਹ ਤਸਵੀਰ ਜਿਹੋ ਜੀ ਸਾਹਮਣੇ ਆਈ ਹੈ, ਵਿਧਾਇਕ ਦਾ ਪ੍ਰਸ਼ਾਸਨ ਦੇ ਖਿਲਾਫ ਬੋਲਣਾ, ਪ੍ਰਸ਼ਾਸਨ ਨੂੰ ਆਖਣਾ ਕਿ ਪ੍ਰਸ਼ਾਸਨ ਘੁਟਾਲਾ ਕਰ ਰਿਹਾ, ਔਰ ਜਿਸ ਤਰ੍ਹਾਂ ਦੇ ਨਾਲ ਇਹ ਜਿਹੜੇ ਫੰਡ ਰਿਲੀਜ਼ ਕੀਤੇ ਗਏ ਨੇ ਬੁੱਢੇ ਨਾਲੇ ਦੇ ਕਾਲੇ ਪਾਣੀ ਨੂੰ ਸਾਫ਼ ਕਰਨ ਦੇ ਲਈ, ਕਿਉਂਕਿ ਬੁੱਢੇ ਨਾਲੇ ਨੂੰ ਲੈ ਕੇ ਲਗਾਤਾਰ ਸਿਆਸਤ ਹੁੰਦੀ ਰਹੀ ਹੈ, ਔਰ ਇਹ ਸਿਆਸਤ ਦੇ ਵਿੱਚ ਜਿਹੜੀ ਆਮ ਪਬਲਿਕ ਹੈ ਉਹ ਪਰੇਸ਼ਾਨ ਜ਼ਰੂਰ ਹੁੰਦੀ ਹੈ, ਪਰ ਇਹ ਜਿਹੜਾ ਨੀਂਹ ਪੱਥਰ ਹੈ ਇੱਥੋਂ ਤੋੜ ਕੇ ਵਿਧਾਇਕ ਸਾਹਿਬ ਇੱਥੋਂ ਜਾਂਦੇ ਨੇ ਤੇ ਮੀਡੀਆ ਦੇ ਰੂਬਰੂ ਹੁੰਦੇ ਨੇ ਕਿ ਜਿਹੜਾ ਪੋਲੂਸ਼ਨ ਡਿਪਾਰਟਮੈਂਟ ਹੈ, ਜਿਹੜਾ ਨਗਰ ਨਿਗਮ ਹੈ ਉਹ ਕਰਪਟ ਹੋ ਚੁੱਕਿਆ, ਇਸ ਕਰਕੇ ਬੁੱਢਾ ਨਾਲਾ ਸਾਫ਼ ਨਹੀਂ ਹੋ ਰਿਹਾ। ਸਵਾਲ ਇਹੀ ਹੈ, ਸਰਕਾਰ ਤੁਹਾਡੀ ਹੈ ਔਰ ਮੁੱਖ ਮੰਤਰੀ ਤੁਹਾਡਾ, ਪ੍ਰਸ਼ਾਸਨ ਵੀ ਤੁਹਾਡਾ, ਪਰ ਇਹ ਪ੍ਰਸ਼ਾਸਨ ਦੇ ਸਵਾਲ ਇਸ ਤਰ੍ਹਾਂ ਦੇ ਨਾਲ ਚੱਕਣਾ, ਇੱਕ ਬੜਾ ਛੋਟਾ ਜਿਹਾ ਸਵਾਲ ਨਹੀਂ, ਇੱਕ ਬੜਾ ਛੋਟਾ ਜਿਹਾ ਸਵਾਲ ਇਹ ਜਿਹੜੇ ਮੇਰੇ ਨਾਲ ਮਹਿਮਾਨ ਬੈਠੇ ਇਹ ਤਾਂ ਕਹਿਣ ਕਿ ਸਰਕਾਰ ਕੰਮ ਨਹੀਂ ਕਰ ਰਹੀ ਕਿਉਂਕਿ ਇਹਨਾਂ ਨੇ ਸਰਕਾਰ ਤੋਂ ਕੰਮ ਕਰਾਉਣਾ, ਪਰ ਮੌਜੂਦਾ ਵਿਧਾਇਕ ਜਿਹਦਾ ਨਾਮ ਹੀ ਮੈਂ ਪੜ੍ਹ ਰਿਹਾ ਗੁਰਪ੍ਰੀਤ ਗੋਗੀ ਲਿਖਿਆ ਹੋਇਆ ਨਾਮ, ਉਹ ਆਪ ਹੀ ਕਵੇ ਕਿ ਮੇਰੀ ਸਰਕਾਰ ਹੈ ਜਿਹੜੀ ਉਹ ਕੰਮ ਨਹੀਂ ਕਰ ਰਹੀ ਆ, ਪ੍ਰਸ਼ਾਸਨ ਕੰਮ ਨਹੀਂ ਕਰ ਰਿਹਾ, ਬੜੀ ਹਾਸੋਹੀਣੀ ਜੀ ਗੱਲ ਨਹੀਂ ਲੱਗਦੀ? ਮਤਲਬ ਫਿਰ ਲੋਕ ਉਮੀਦ ਕਿਸ ਤੋਂ ਕਰਨ? ਵਿਧਾਇਕ ਜਿਹੜਾ ਚੁਣਿਆ ਜਾਂਦਾ ਹੈ ਆਮ ਲੋਕ ਵਿਧਾਇਕ ਕੋਲ ਜਾਂਦੇ ਕਿ ਵਿਧਾਇਕ ਸਾਹਿਬ ਸਾਡਾ ਕੰਮ ਨਹੀਂ ਹੋ ਰਿਹਾ, ਵਿਧਾਇਕ ਸਾਹਿਬ ਇਹ ਨਹੀਂ ਹੋ ਰਿਹਾ, ਵਿਧਾਇਕ ਅੱਗੋਂ ਕਹਿ ਰਿਹਾ ਕਿ ਮੇਰਾ ਵੀ ਕੰਮ ਨਹੀਂ ਹੋ ਰਿਹਾ, ਮੇਰੇ ਵੀ ਹੱਥ ਖੜੇ ਨੇ। ਦੇਖੋ ਹਰਪ੍ਰੀਤ ਜੀ, ਇਹ ਜੱਗ ਜ਼ਾਹਿਰ ਹੈ ਕਿਉਂਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਆਈ ਹੈ, ਇਸ ਤੋਂ ਪਹਿਲੇ ਵੀ ਜਦੋਂ ਆਮ ਆਦਮੀ ਪਾਰਟੀ ਦਾ ਦਿੱਲੀ ਦੇ ਵਿੱਚ ਰਵੱਈਆ ਰਿਹਾ ਵਿਧਾਇਕਾਂ ਦਾ, ਕਿਉਂਕਿ ਆਪ ਵਿਧਾਇਕ ਖੁਦ ਪਹੁੰਚ ਜਾਂਦੇ ਨੇ ਹਰ ਜਗ੍ਹਾ ਤੇ, ਚਾਹੇ ਉਹ ਸਰਕਾਰੀ ਦਫ਼ਤਰ ਹੈ ਉਹਨਾਂ ਮੁਲਾਜ਼ਮਾਂ ਦੇ ਨਾਲ ਭਿੜ ਪੈਂਦੇ ਨੇ, ਕਿਉਂਕਿ ਇਹ ਅਗਰ ਇਹਨੂੰ ਅਸੀਂ ਸਿੱਧੇ ਤੌਰ ਤੇ ਕਹੀਏ ਤਾਂ ਇਹ ਹਾਈ ਵੋਲਟੇਜ ਡਰਾਮਾ ਹੀ ਮੈਂ ਕਹੂੰਗਾ, ਕਿਉਂਕਿ ਇੱਕ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਵੀ ਪਹੁੰਚਾਇਆ ਗਿਆ, ਕਿਉਂਕਿ ਜੇ ਕੋਈ ਹੋਰ ਤੋੜਦਾ ਤੇ ਉਹਦੇ ਤੇ ਪੁਲਿਸ ਪਰਚਾ ਕਰਦੀ ਕਿ ਵਿਧਾਇਕ ਸਾਹਿਬ ਤੇ ਪਰਚਾ ਹੋਵੇਗਾ। ਹੁਣ ਸਵਾਲ ਇਹੀ ਹੈ ਕਿ ਜਿਹੜੀ ਇਹ ਸਰਕਾਰੀ ਪ੍ਰਾਪਰਟੀ ਜਿਹੜੀ ਬਣਾਈ ਗਈ ਸੀ ਇਸ ਦੇ ਉੱਤੇ ਪੈਸਾ ਲੱਗਿਆ ਨੀਂਹ ਪੱਥਰ ਦੇ ਉੱਤੇ, ਇਹ ਜਨਤਾ ਦਾ ਪੈਸਾ, ਇਹ ਜਨਤਾ ਦੀ ਜਿਹੜੀ ਕਮਾਈ ਹੈ ਟੈਕਸਾਸ ਦੇ ਵਿੱਚ ਜਾਂਦੀ ਹੈ, ਉਸ ਪੈਸਿਆਂ ਦੇ ਨਾਲ ਇਹ ਨੀਂਹ ਪੱਥਰ ਰੱਖਿਆ ਗਿਆ ਸੀ, ਪਰ ਉਸ ਨੂੰ ਵਿਧਾਇਕ ਸਾਹਿਬ ਨੇ ਤੋੜਿਆ ਔਰ ਆਖਦੇ ਨੇ ਅੱਗੋ ਕਿ ਮੇਰੀ ਮਰਜ਼ੀ ਮੈਂ ਤੋੜਿਆ ਕਿਉਂਕਿ ਵਿਕਾਸ ਨਹੀਂ ਹੋ ਰਿਹਾ। ਪਰ ਵਿਕਾਸ ਕਿਉਂ ਨਹੀਂ ਹੋ ਰਿਹਾ ਤੁਹਾਡੀ ਸਰਕਾਰ ਵੇਲੇ, ਇਹ ਕਈ ਤਰ੍ਹਾਂ ਦੇ ਸਵਾਲ ਪਿੱਛੇ ਛੱਡ ਚੁੱਕੀ ਹੈ, ਛੱਡ ਗਏ ਵਿਧਾਇਕ, ਕਿਉਂਕਿ ਇਹ ਨੀਂਹ ਪੱਥਰ ਚਾਹੇ ਇੱਥੋਂ ਤੋੜ ਦਿੱਤਾ ਗਿਆ ਔਰ ਇਹ ਜਿਹੜਾ ਕਾਲਾ ਪਾਣੀ ਹੈ ਬੁੱਢੇ ਨਾਲੇ ਦਾ, ਇਹ
ਉਸੇ ਤਰ੍ਹਾਂ ਕਾਲਾ ਹੀ ਹੈ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵਿਧਾਇਕ ਸਾਹਿਬ ਦਾ ਰੁੱਖ ਹੀ ਹੁੰਦਾ ਹੈ। ਵਿਧਾਇਕ ਸਾਹਿਬ ਕੀ ਗੱਲਬਾਤ ਕਰਦੇ ਨਗਰ ਨਿਗਮ ਸਰਕਾਰ ਦੇ ਨਾਲ, ਕਿਉਂਕਿ ਇਹ ਜਿਹੜੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਇਆ ਗਿਆ। ਹਰਪ੍ਰੀਤ ਜੀ, ਅਗਰ ਕੋਈ ਆਮ ਜਨਤਾ ਦਾ ਕੋਈ ਸ਼ਰਾਰਤੀ ਤੱਤਵ ਅਗਰ ਇਸ ਨੂੰ ਤੋੜਦਾ ਤਾਂ ਕਿਧਰੇ ਨਾ ਕਿਧਰੇ ਪੁਲਿਸ ਪ੍ਰਸ਼ਾਸਨ ਉਸ ਤੇ ਕਾਰਵਾਈ ਕਰਦਾ। ਪਰ ਵਿਧਾਇਕ ਸਾਹਿਬ ਨੇ ਖੁਦ ਵੀਡੀਓ ਬਣਾਈ, ਵੀਡੀਓ ਬਣਾ ਕੇ ਵਾਇਰਲ ਕੀਤੀ, ਇਸ ਨੂੰ ਤੋੜ ਕੇ ਉਸ ਤੋਂ ਬਾਅਦ ਮੀਡੀਆ ਦੇ ਰੂਬਰੂ ਹੋਏ। ਸੋ ਇਹ ਜਿਹੜਾ ਇਸ ਨੂੰ ਕਵਾਂਗੇ ਕਿ ਇੱਕ ਹਾਈ ਵੋਲਟੇਜ ਡਰਾਮਾ ਹੀ ਕਵਾਂਗੇ ਇਹਨਾਂ ਨੂੰ, ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਤਸਵੀਰ ਕਿਹੜਾ ਰੁੱਖ ਲੈਂਦੀ ਹੈ? ਪਰ ਨਾਲਾ ਉੱਥੇ ਦਾ ਉੱਥੇ ਹੀ ਹੈ, ਕਾਲਾ ਪਾਣੀ ਉੱਥੇ ਦਾ ਉੱਥੇ ਹੀ ਹੈ, ਚਿੱਟਾ ਕਾਲਾ ਪਾਣੀ ਉੱਥੇ ਦਾ ਉੱਥੇ ਹੀ ਹੈ। ਜਦੋਂ ਮੁਲਕ ਗੁਲਾਮ ਸੀ ਤਾਂ ਸਭ ਤੋਂ ਵੱਡੀ ਸਜ਼ਾ ਮੰਨੀ ਜਾਂਦੀ ਸੀ ਕਿ ਸਜ਼ਾਏ ਕਾਲਾ ਪਾਣੀ ਦੇ ਦਿਓ ਇਹਨੂੰ, ਇਹ ਕਾਲੇ ਪਾਣੀ ਦੀ ਸਜ਼ਾ ਦੇ ਦਿਓ। ਮੁਲਕ ਆਜ਼ਾਦ ਹੋਇਆ ਕਿੰਨੇ ਦਹਾਕੇ ਬੀਤ ਗਏ ਨੇ, ਪਰ ਅੱਜ ਵੀ ਇਹ ਲੋਕ ਕਾਲੇ ਪਾਣੀ ਦੀ ਸਜ਼ਾ ਭੁਗਤ ਰਹੇ ਨੇ ਜਿਹੜੇ ਨੇੜੇ ਤੇੜੇ ਰਹਿੰਦੇ ਨੇ। ਨਾ ਸਿਰਫ ਨੇੜੇ ਤੇੜੇ ਰਹਿੰਦੇ ਨੇ ਬਲਕਿ ਸਤਲੁਜ ਦੇ ਵਿੱਚ ਮਿਲ ਕੇ ਇਹ ਦਰਿਆ ਕਈਆਂ ਦਾ ਵੱਡਾ ਨੁਕਸਾਨ ਕਰ ਰਿਹਾ। ਲੱਖਾ ਸਦਾਣਾ ਹੋਰਾਂ ਕੋਲ ਚੱਲਦੇ ਹਾਂ। ਸਦਾਣਾ ਸਾਹਿਬ, ਕਿਉਂਕਿ ਤੁਸੀਂ ਹੋਕਾ ਦਿੱਤਾ ਹੈ ਕਿ ਆਪਾਂ ਇਹ ਹੁਣ ਹਈਆ ਮਾਰਨਾ ਪਏਗਾ, ਇਹ ਸਰਕਾਰਾਂ ਦੇ ਹੱਥ ਵਸ ਹੈ ਨਹੀਂ, ਪਰ ਕਰਨਾ ਤਾਂ ਸਰਕਾਰਾਂ ਨਹੀਂ ਨਾ, ਵੀ ਹੁਣ ਆਮ ਲੋਕ ਕਿੰਨਾ ਕੁਝ ਕਰ ਲਉਂਗੇ, ਤੁਸੀਂ ਮੈਂ ਕਿੰਨਾ ਕੁਝ ਕਰ ਲਾਂਗੇ। ਉਹ ਕਹਿੰਦੇ ਕਿ 80% ਪੈਸਾ, 650 ਕਰੋੜ 'ਚੋਂ 80% ਪੈਸਾ ਲੱਗ ਚੁੱਕਾ ਅਤੇ ਪਾਣੀ ਦਾ ਰੰਗ ਕਾਲੇ ਤੋਂ ਹੋਰ ਜ਼ਿਆਦਾ ਕਾਲਾ ਹੋ ਗਿਆ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਜੋ ਅੱਜ ਲੁਧਿਆਣੇ ਤੋਂ ਗੋਗੀ ਜੀ MLA ਨੇ ਜੀ, ਜਿਵੇਂ ਤੁਹਾਡੇ ਭਾਈ ਸਾਹਿਬ ਨੇ ਕਿਹਾ ਕਿ ਡਰਾਮਾ ਕਰਨ ਚ ਬੜੇ ਮਸ਼ਹੂਰ ਨੇ, ਇਹ ਉਹੀ ਗੋਗੀ ਆ ਜਿਹੜਾ ਕਿਸੇ ਵੇਲੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਕਹਿ ਰਿਹਾ ਸੀਗਾ ਵੀ ਤੁਸੀਂ ਡੈਰੀਆਂ ਵਾਲੇ ਪਾਸੇ, ਫੈਕਟਰੀਆਂ ਵਾਲੇ ਪਾਸੇ ਸੋਚ ਸਮਝ ਕੇ ਜਾਇਓ, ਹੈਲਮਟ ਪਾ ਕੇ ਜਾਇਓ, ਤੁਹਾਡੀਆਂ ਲੱਤਾਂ ਬਾਹਾਂ ਸਲਾਮਤ ਨਹੀਂ ਰਹਿਣੀਆਂ। ਅੱਜ ਇੱਕ ਤਾਂ ਇਹ ਖੁੱਲ੍ਹੇਆਮ ਤੌਰ ਤੇ ਆਪ ਮੰਨ ਗਏ ਵੀ ਇਹ ਪਾਣੀ ਲੋਕਾਂ ਨੂੰ ਕੈਂਸਰ, ਕਾਲਾ ਪੀਲੀਆ ਤੇ ਹੋਰ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਦੇ ਕੇ ਮਾਰ ਰਿਹਾ ਲਗਾਤਾਰ 30-35 ਸਾਲ। ਦੂਜੀ ਗੱਲ ਜਿਹੜੀ ਸਾਫ਼ ਹੁੰਦੀ ਆ ਕਿ ਅਸੀਂ ਹੁਣ ਲਗਾਤਾਰ, ਸਾਨੂੰ 2 ਮਹੀਨੇ ਹੋ ਗਏ ਆ, ਅਸੀਂ ਹਵੋਰ ਫਾਜ਼ਿਲਕਾ ਤੋਂ ਲੈ ਕੇ ਫਰੀਦਕੋਟ, ਮੁਕਤਸਰ, ਮੋਗਾ, ਫਿਰੋਜ਼ਪੁਰ, ਲੁਧਿਆਣਾ ਦੇ ਪਿੰਡਾਂ ਚ ਗਏ। ਤੁਸੀਂ ਹੈਰਾਨ ਰਹਿ ਜਾਓਗੇ ਵੀ ਕਈ ਪਿੰਡਾਂ ਦੇ ਹਾਲਾਤ ਇੰਨੇ ਕੁ ਮਾੜੇ ਨੇ ਜੀ, ਮੁਕਤਸਰ ਤੇ ਫਰੀਦਕੋਟ ਤੇ ਹੋਰ ਫਾਜ਼ਿਲਕਾ ਦੇ ਪਿੰਡਾਂ ਚ, ਕਿ 100 ਬੰਦੇ ਦੇ ਮਗਰ 80 ਜਾਣਿਆਂ ਨੂੰ ਕਾਲਾ ਪੀਲੀਆ ਤੇ ਜਿਹੜੇ ਕੈਂਸਰ ਦਾ ਰੋਗ ਹੋ ਚੁੱਕਿਆ। ਜੇ ਮੈਂ ਧਰਾਂਗ ਵਾਲੇ ਪਿੰਡ ਦੀ ਗੱਲ ਕਰਾਂ, ਮੈਂ ਤੇਜਾ ਰਹੇਲਾ ਪਿੰਡ ਦੀ ਗੱਲ ਕਰਾਂ, ਮੈਂ ਹਰੀ ਵਾਲੇ ਪਿੰਡ ਦੀ ਗੱਲ ਕਰਾਂ, ਜਿੱਥੇ 1 ਮਹੀਨੇ ਦੇ ਵਿੱਚ 12-12, 15-15 ਕੇਸ ਕੈਂਸਰ ਦੇ ਸਾਹਮਣੇ ਆ ਰਹੇ ਆ, 22-22, 25-25, 30-30 ਸਾਲ ਦੇ ਨੌਜਵਾਨਾਂ ਦੀ ਮੌਤ ਹੋ ਰਹੀ ਆ ਕੈਂਸਰ ਦੇ ਨਾਲ, ਜੰਮਦੇ ਬੱਚਿਆਂ ਦੀਆਂ ਕਿਡਨੀਆਂ, ਗੁਰਦੇ ਖਤਮ ਹੋ ਰਹੇ ਨੇ। ਤਾਂ ਇਹ ਜਿਵੇਂ ਤੁਸੀਂ ਕਿਹਾ ਕਿ ਕਾਲੇ ਪਾਣੀ ਦੀ ਸਜ਼ਾ ਜਿਹੜੀ ਕਦੇ ਉਹ ਟਾਪੂਆਂ ਤੇ ਬਣੀਆਂ ਜੇਲ੍ਹਾਂ ਸਾਨੂੰ ਦਿੱਤੀ ਜਾਂਦੀ ਸਾਡੇ ਯੋਧਿਆਂ ਨੂੰ, ਬਿਲਕੁਲ ਠੀਕ, ਉਦੋਂ ਵੀ ਭੈੜੀ ਤੇ ਭਿਆਨਕ ਸਜ਼ਾ ਤੇ ਸਾਡਾ ਕਤਲੇਆਮ, ਸਾਡਾ ਨਹਿਰ ਤੁਸੀਂ ਸਾਡੀ ਜਿਵੇਂ ਕੀਤੀ ਜਾ ਰਹੀ ਹੈ ਇਹ ਦਰਿਆਵਾਂ ਦੇ ਵਿੱਚ ਜਿਹੜੀਆਂ ਡਾਇੰਗ ਫੈਕਟਰੀਆਂ ਨੇ, ਜਿਹੜੀਆਂ ਉਂਦਰੰਗਣ ਦੀਆਂ ਫੈਕਟਰੀਆਂ ਨੇ। ਦੇਖੋ ਇੱਥੇ MLA ਗੋਗੀ ਕਦੇ ਉਂਦਰੰਗਣ ਵਾਲੀਆਂ ਫੈਕਟਰੀਆਂ ਦੀ ਗੱਲ ਨਹੀਂ ਕਰ ਰਿਹਾ, ਇੱਥੇ ਆਸ਼ੂ ਵਰਗੇ ਵੀ ਰਹਿ ਗਏ ਮੰਤਰੀ ਰਹੇ ਨੇ, ਇੱਥੇ ਬਿੱਟੂ ਵਰਗੇ MP ਰਹੇ ਨੇ, ਅੱਜ ਕੱਲ ਮੰਤਰੀ ਨੇ, ਇੱਥੇ ਰਾਜਾ ਵੜਿੰਗ ਜੀ MP ਨੇ ਜਿਹੜੇ ਕਿ ਪਾਰਲੀਮੈਂਟ ਜਾ ਕੇ ਸ਼ਰੇਆਮ ਤਰਫਦਾਰੀ ਕਰਦੇ ਆ ਉਹਨਾਂ ਡਾਇੰਗ ਫੈਕਟਰੀਆਂ ਦੀ। ਪਰ ਦੋ ਸਾਡੇ MP ਮੈਂ ਕਹੂੰਗਾ ਜਿਨ੍ਹਾਂ ਨੇ ਬੜੀ ਖੁਰਦਲੀ ਨਾਲ, ਬੜੀ ਦਲੇਰੀ ਦੇ ਨਾਲ ਜੀ, ਮਤਲਬ ਤਾਂ ਕਨੈਕਸ਼ਨ ਕੱਟ ਗਿਆ ਰਿਹਾ। ਹਾਂਜੀ ਹਾਂਜੀ, ਸੋ ਇਸ ਲਈ
ਹੁਣ ਅਸੀਂ ਜਾਂ ਤਾਂ ਮੈਂ ਲੋਕਾਂ ਨੂੰ ਇਹ ਕਹਿੰਦਾ ਵੀ ਜਾਂ ਤਾਂ ਫਿਰ ਆਪਾਂ ਘਰਾਂ ਚ ਬੈਠ ਕੇ ਤੇ ਕੁੰਡੇ ਲਾ ਲਈਏ ਤੇ ਬੈਠ ਕੇ ਮੌਤ ਦਾ ਇੰਤਜ਼ਾਰ ਕਰੀਏ। ਠੀਕ ਹੈ, ਪ੍ਰੋਜੈਕਟ ਪਾਸ ਹੋਇਆ ਕਿ ਇਹ ਜਿਹੜਾ ਕਾਲਾ ਪਾਣੀ ਹੈ ਖਤਮ ਕਰਨਾ ਹੈ, ਬੁੱਢੇ ਦਰਿਆ ਦੀ ਸਫਾਈ ਕਰਨੀ ਹੈ, 80% ਪੈਸਾ ਵੀ ਲੱਗ ਗਿਆ, ਫਿਰ ਤੁਹਾਨੂੰ ਨੀਅਤ ਤੇ ਸ਼ੱਕ ਕਿਉਂ ਆ? 650 ਕਰੋੜ ਇਸ ਸਰਕਾਰ ਦੇ ਵੇਲੇ ਤੇ ਸਾਰਾ ਜੇ ਆਪਾਂ ਰਲਾ ਮਿਲਾ ਕੇ ਗੱਲ ਕਰੀਏ ਘੱਟੋ ਘੱਟ 2800 ਕਰੋੜ ਰੁਪਇਆ ਜਿਹੜਾ ਸਾਰਾ ਪੈਸਾ ਹੁਣ ਤੱਕ ਇੱਥੇ ਜਿਹੜੇ ਅੰਕੜੇ ਸਾਹਮਣੇ ਆ ਰਹੇ ਆ ਵੀ ਇਸ ਬੁੱਢੇ ਨਾਲੇ ਦੀ ਸਫਾਈ ਲਈ ਵੱਖ ਵੱਖ ਸਰਕਾਰਾਂ ਨੇ ਸੈਕਸ਼ਨ ਕੀਤਾ, ਚਾਹੇ ਸੈਂਟਰ ਵੱਲੋਂ ਆਇਆ, ਚਾਹੇ ਪੰਜਾਬ ਵੱਲੋਂ ਆਇਆ, ਚਾਹੇ ਕਾਰਪੋਰੇਸ਼ਨ ਵੱਲੋਂ ਆਇਆ, ਪਰ ਅਸੀਂ ਕਹਿੰਦੇ ਵੀ ਜੇ 650 ਕਰੋੜ ਤੁਸੀਂ ਕਹਿੰਦੇ ਹੋ ਕਿ ਇਹ ਬੁੱਢੇ ਨਾਲੇ ਨੂੰ ਬੁੱਢੇ ਦਰਿਆ ਨੂੰ ਸਾਫ ਕਰਨ ਲਈ ਸਰਕਾਰ ਨੇ ਰੱਖਿਆ ਤਾਂ 650 ਕਰੋੜ ਗਿਆ ਕਿੱਥੇ? ਉਹ ਕਿਹਨੇ ਖਾਧਾ? ਉਹ ਤੁਹਾਡੇ ਅਧਿਕਾਰੀਆਂ ਨੇ ਖਾਧਾ, ਤੁਹਾਡੇ MLA ਨੇ, ਮੰਤਰੀਆਂ ਨੇ ਖਾਧਾ? ਇਹਦੀ ਜਾਂਚ ਕਿਹਨੇ ਕਰਨੀ ਆ? ਇਹਦੀ ਜਾਂਚ ਲੋਕਾਂ ਨੇ ਕਰਨੀ ਆ, ਕਿਸੇ ਵਿਰੋਧੀ ਧਿਰ ਨੇ ਕਰਨੀ ਆ, ਕਿ ਤੁਹਾਡੀ ਸਰਕਾਰ ਨੇ ਕਰਨੀ ਆ? ਬਿਲਕੁਲ ਠੀਕ ਹੈ। ਇੱਥੇ ਪੰਜਾਬ ਦਾ ਮੁੱਖ ਮੰਤਰੀ ਕਹਿ ਰਿਹਾ ਕਿ ਮੈਂ ਜੇ 1 ਰੁਪਇਆ ਵੀ ਖਾਵਾਂ ਤੇ ਮੈਂ ਜ਼ਹਿਰ ਖਾਵਾਂ, ਉਹਦੇ ਬਰਾਬਰ ਹੈ। ਹੁਣ ਪੰਜਾਬ ਦਾ ਮੁੱਖ ਮੰਤਰੀ ਜਵਾਬ ਦੇ ਵੀ 650 ਕਰੋੜ ਰੁਪਇਆ ਖੁਦ ਇਹਨਾਂ ਦਾ ਇੱਕ MLA ਕਹਿ ਰਿਹਾ, ਵਿਧਾਇਕ ਕਹਿ ਰਿਹਾ, ਤਾਂ ਉਹ 650 ਕਰੋੜ ਗਿਆ ਕਿਹਦੇ ਜੇਬ ਚ, ਕਿਹਦੇ ਗੀਜੇ ਚ ਗਿਆ, ਕਿਹਦੇ ਮੂੰਹ ਚ ਪਿਆ, ਉਹਦੇ ਬਾਰੇ ਜਵਾਬ ਦੇ ਕਿਹਦੀ ਬਣਦੀ ਹੈ? ਇਹ ਦਰਅਸਲ ਤੁਹਾਨੂੰ ਮੈਂ ਦੱਸਣ ਦੀ ਇੱਕ ਗੱਲ ਕਰਨਾ ਚਾਹੁੰਦਾ, ਇਹ ਸਾਰੀ ਗੇਮ ਨੂੰ ਘੁਮਾ ਰਹੇ ਨੇ। ਜੀ ਜੀ, ਜਿਹੜੀ ਗੱਲ ਆ ਕੇ ਡਾਇੰਗ ਫੈਕਟਰੀਆਂ ਦੇ ਜਿਹੜੀਆਂ ਇਲੀਗਲ ਨੇ, ਗੈਰ ਕਾਨੂੰਨੀ ਨੇ, ਜਿਹੜੀਆਂ ਜਰੇਨੀ ਪਾ ਰਹੀਆਂ ਨੇ ਪਾਣੀ, ਜਿਹੜੀਆਂ ਕੈਮੀਕਲ ਖਤਰਨਾਕ ਪਾ ਰਹੀਆਂ ਨੇ, ਹੈਵੀ ਮੈਟਲ ਮਰਕਰੀ ਪਾਰੇ ਵਰਗੀਆਂ ਧਾਤਾਂ, ਜਿਹੜੀਆਂ ਮੱਛੀਆਂ ਦੀਆਂ ਕਲੀਨਿਕਲ ਰਿਪੋਰਟਾਂ ਦੇ ਵਿੱਚ ਵੀ ਕੈਂਸਰ ਮੱਛੀਆਂ ਨੂੰ ਪਾਇਆ ਗਿਆ, ਹਰੀ ਕੇ ਪੱਤਣ, ਉਹਦੇ ਲਈ ਉਹ ਸਾਰੀ ਗੱਲ ਘੁਮਾ ਕੇ ਲੁਧਿਆਣੇ ਦਾ ਜਿੰਨਾ ਸੀਵਰੇਜ ਦਾ ਪਾਣੀ ਆ, ਜਿੰਨਾ 30-35% ਦੀ ਆਬਾਦੀ ਆ ਲੁਧਿਆਣੇ ਦੀ, ਜਿੰਨਾ ਹਜ਼ਾਰਾਂ ਹਸਪਤਾਲਾਂ ਮਰੀਜ਼ਾਂ ਦੀ ਗੰਦਗੀ ਆ, ਜਿੰਨੀ ਹਜ਼ਾਰਾਂ ਡੈਰੀਆਂ ਦਾ ਜਿੰਨਾ ਗੋਹਾ, ਜਿੰਨਾ ਮੂੰਹ ਦਾ ਪਸ਼ੂਆਂ ਦਾ ਪਿਸ਼ਾਬ ਸਾਰਾ ਸਤਲੁਜ ਪੈ ਰਿਹਾ, ਉਹਦਾ ਜਵਾਬ ਦੇਣ ਦੀ ਬਜਾਏ ਇਹ ਉਲਟੇ ਪਾਸੇ ਨੂੰ ਗੇਮ ਘੁਮਾਉਣ ਲੱਗ ਗਏ। ਜੇ 650 ਕਰੋੜ ਦਾ ਘਟਾਲਾ ਹੋਗਾ ਜੀ, ਘਟਾਲਾ ਜਿਹਨੇ ਕੀਤਾ, ਜਿਹਨੇ ਨਹੀਂ, ਪਹਿਲਾਂ ਨੂੰ ਫੜ ਕੇ ਅੰਦਰ ਦਿਓ, ਸਾਡਾ ਮਸਲਾ ਉਹ ਵੱਖਰੀ ਗੱਲ ਹੈ, ਉਹ ਵੱਖਰਾ ਮਸਲਾ ਹੈ, ਉਹ ਵੱਖਰਾ ਮਸਲਾ ਹੈ। ਮੈਂ ਠੀਕ ਹੈ ਤੁਹਾਡੀ ਗੱਲ, ਆ 1026 ਕਰੋੜ ਦਾ ਜੁਰਮਾਨਾ, 1026 ਕਰੋੜ ਦਾ ਜੁਰਮਾਨਾ ਇਸੇ ਕਰਕੇ ਲੱਗਿਆ ਕਿ ਵਾਟਰ ਟਰੀਟਮੈਂਟ ਤੁਸੀਂ ਪਲਾਂਟ ਲਾਇਆ ਹੀ ਨਹੀਂ, ਜੇ ਲਾਇਆ ਤਾਂ ਸਹੀ ਢੰਗ ਨਾਲ ਕੰਮ ਨਹੀਂ ਕੀਤਾ। ਮੈਂ ਵਾਪਸ ਆਉਂਦਾ ਤੁਹਾਡੇ ਕੋਲ, ਮੇਰੇ ਕੋਲ ਜਸਕਿਰਤ ਸਿੰਘ ਵੀ ਮੌਜੂਦ ਨੇ। ਜਸਕਿਰਤ ਸਿੰਘ ਜੀ, ਠੀਕ ਹੈ, ਰੋਸ ਪ੍ਰਦਰਸ਼ਨ, ਰੋਸ ਮੁਜ਼ਾਹਰੇ ਕਰਨੇ ਪੈਣੇ ਨੇ ਸਰਕਾਰ ਨੂੰ ਜਗਾਉਣ ਦੇ ਲਈ, ਪਰ ਨਾਲ ਦੀ ਨਾਲ ਇਹ ਵੀ ਤਾਂ ਹੋਣਾ ਚਾਹੀਦਾ ਨਾ ਸਾਡੇ ਕੋਲ ਕੰਕਰੀਟ ਪਲਾਨ ਕੀ ਹੈ, ਕਿ ਆਪਣੇ ਕੋਲ ਇਹ ਕੋਈ ਪਲਾਨ ਹੈਗਾ ਕਿ ਕਿਵੇਂ ਟਰੀਟਮੈਂਟ ਹੋ ਸਕਦਾ, ਕਿਵੇਂ ਰੁਕ ਸਕਦਾ? ਹੁਣ ਖਾਲੀ ਆਪਾਂ ਇਹ ਕਹਿ ਦਈਏ ਕਿ ਪਤਾ ਬੰਨ ਮਾਰ ਦੇਣਾ, ਬੰਨ ਮਾਰਨ ਦੇ ਨਾਲ ਤਾਂ ਮਸਲਾ ਹੱਲ ਨਹੀਂ ਹੋਣਾ। ਦੇਖੋ, ਇਹ ਮਸਲਾ ਕੋਈ ਅੱਜ ਦਾ ਮਸਲਾ ਨਹੀਂ ਹੈ, ਇਹ 40 ਸਾਲ ਪੁਰਾਣਾ ਮਸਲਾ ਚੱਲ ਰਿਹਾ ਜੀ, ਤੇ ਇਹ ਇਸ ਕਰਕੇ ਹੱਲ ਨਹੀਂ ਹੋਇਆ ਵੀ ਟੈਕਨੋਲੋਜੀ ਨਹੀਂ ਸੀਗੀ ਜਾਂ ਹੱਲ ਨਹੀਂ ਸੀਗੇ, ਉਹ ਇਹ ਨਹੀਂ ਕਾਰਨ ਹੈਗਾ, ਇਹ ਨੀਅਤ ਨਹੀਂ ਸੀਗੀ ਔਰ ਕਰਪਸ਼ਨ ਸੀਗੀ ਜੀ ਜੀ, ਉਹੀ ਪ੍ਰੋਬਲਮ ਅੱਜ ਵੀ ਹੈ, ਔਰ ਇਸ ਕਰਕੇ ਉਹ ਨੀਤਾਂ ਠੀਕ ਕਰਨਾ ਜਿਹੜਾ ਹੈ ਉਹ ਟੈਕਨੋਲੋਜੀ ਨੇ ਨਹੀਂ ਕਰਨੀਆਂ, ਅੱਜ ਹੱਲ ਹੈਗੇ ਹੈ, ਉਹ ਮੈਂ ਮੰਨਦਾ ਕਿ ਬੰਨਣੇ ਵੀ ਨਹੀਂ ਕਰਨੀਆਂ ਉਹ ਚੀਜ਼ਾਂ ਜਿਹੜੀਆਂ ਇਹਨਾਂ ਨੀਤਾਂ ਠੀਕ, ਪਰ ਇੱਕ ਐਕਸ਼ਨ ਦੀ ਲੋੜ ਇਸ ਕਰਕੇ ਹੈ ਕਿਉਂਕਿ ਪ੍ਰੈਸ਼ਰ ਚਾਹੀਦਾ ਸਰਕਾਰ, ਅੱਜ ਕੱਲ ਲੌਜਿਕ ਨੂੰ ਤੇ ਕੋਈ ਸਿਆਣੀ ਸਲਾਹ ਨੂੰ ਤਾਂ ਮੰਨਦੀ ਨਹੀਂ, ਇਹ ਪ੍ਰੈਸ਼ਰ ਨੂੰ ਮੰਨਣ ਵਾਲੀਆਂ ਸਰਕਾਰਾਂ ਆ ਗਈਆਂ ਅੱਜ ਕੱਲ ਕਿਤੋਂ,
ਜਿਹੜੀਆਂ ਸਿਰਫ ਇਹ ਦੇਖਦੀਆਂ ਵੀ ਪ੍ਰੈਸ਼ਰ ਇੰਡਸਟਰੀ ਤੋਂ ਜ਼ਿਆਦਾ ਹੈ ਕਿ ਲੋਕਾਂ ਤੋਂ ਜ਼ਿਆਦਾ ਹੈ, ਤੇ ਜਿਹੜੇ ਲੋਕ ਮਰ ਰਹੇ ਹੈ ਉਹ ਤੁਹਾਨੂੰ ਦਿਖਾ ਦਿੰਦੇ ਆ ਬਈ ਉਹਨਾਂ ਦਾ ਕਿੰਨਾ ਕੁ ਨੁਕਸਾਨ ਹੋ ਰਿਹਾ ਤੇ ਉਹ ਕਿੰਨਾ ਕੁ ਗੁੱਸੇ ਹੈਗੇ ਆ। ਤੇ ਗੱਲ ਇਹ ਹੈ ਕਿ ਇਸ ਚੀਜ਼ ਨੂੰ ਫੋਕਸ ਵਿੱਚ ਲਿਆਉਣ ਵਾਸਤੇ ਕਿ ਨੁਕਸਾਨ ਕਿੰਨਾ ਵੱਡਾ ਹੋ ਰਿਹਾ, ਤੇ ਸਰਕਾਰ ਨੂੰ ਥੋੜਾ ਜਿਹਾ ਸ਼ਰਮਸਾਰ ਕਰਨ ਵਾਸਤੇ, ਥੋੜਾ ਜਿਹਾ ਨਹੀਂ ਚੰਗਾ ਵਾਹਵਾ ਸ਼ਰਮਸਾਰ ਕਰਨ ਵਾਸਤੇ ਇਹ ਅਸੀਂ ਜਿਹੜਾ ਪਲਾਨ ਵਿਢਿਆ ਸੀਗਾ। ਪਰ ਮੈਂ ਦੇਖ ਰਿਹਾ ਕਿ ਇਹਨਾਂ ਦੇ ਆਪਣੇ MLA ਜਿਹੜੇ ਆ ਉਸ ਕੰਮ ਤੇ ਲੱਗ ਗਏ ਆ ਵੀ ਸਰਕਾਰ ਨੂੰ ਉਹੀ ਬਥੇਰੇ ਸ਼ਰਮਿੰਦਾ ਅੱਜ ਕਰ ਗਏ ਆ। ਆਹੋ, ਕਿਉਂਕਿ ਗੱਲ ਤਾਂ ਇਹ ਹੈ ਨਾ, ਗੱਲ ਤਾਂ ਇਹ ਹੈ ਕਿ ਹੁਣ ਤੁਸੀਂ ਰੋਸ ਧਰਨਾ ਦੇਣ ਦੀ ਵੀ ਤਰੀਕ ਮਿੱਥ ਦਿੱਤੀ, ਤੁਸੀਂ ਬੰਨ ਮਾਰਨ ਦੀ ਵੀ ਤਰੀਕ ਮਿੱਥ ਦਿੱਤੀ, ਉਹ ਤੋਂ ਪਹਿਲਾਂ ਹੁਣ ਕੁਝ ਨਾ ਕੁਝ ਤਾਂ ਕਰਨਾ ਪਊਗਾ। ਉਹ ਤਰੀਕ 'ਚ ਜਾ ਕੇ ਫਿਰ ਤੁਸੀਂ ਤਾਂ ਜਵਾਬ ਮੰਗੋਗੇ, ਫਿਰ ਜਵਾਬ ਮੰਗੋਗੇ ਤਾਂ ਜਵਾਬ ਅਗਲੇ ਕੋਲ ਹੁਣ ਤਿਆਰ ਹੈ ਕਿ ਮੈਂ ਤਾਂ ਭਾਈ ਉਹ ਨੀਂਹ ਪੱਥਰ ਵੀ ਤੋੜਿਆ ਹਾਂ। ਜਸਕਿਰ ਜੀ, ਇੱਕ ਬੜਾ ਅਹਿਮ ਸਵਾਲ ਹੈਗਾ ਇਹ ਸਾਡੇ ਸਾਰੇ ਦਰਸ਼ਕਾਂ ਨੂੰ, ਪੂਰੀ ਦੁਨੀਆ ਦੇ ਵਿੱਚ ਸਾਡਾ ਇਹ ਚੈਨਲ ਜਾਂਦਾ, ਇਹ ਦੱਸੋ ਕਿ ਇਹ ਜਿਹੜਾ ਕਾਲਾ ਪਾਣੀ ਹੈ ਜਾਂ ਇਹ ਬੁੱਢਾ ਨਾਲਾ, ਇਹ ਕਿੰਨੀ ਕੁ ਰੇਂਜ ਨੂੰ ਮਾਰ ਕਰਦਾ? ਕੀ ਇਹ ਇੱਕ ਸਿਰਫ ਡਿਸਟ੍ਰਿਕਟ ਦਾ ਮਸਲਾ, ਇੱਕ ਜ਼ਿਲ੍ਹੇ ਦਾ, ਲੁਧਿਆਣੇ ਦਾ ਹੀ ਮਸਲਾ, ਜਾਂ ਇਹ ਦੂਰ ਤੱਕ ਮਾਰ ਕਰਦਾ ਜਿਵੇਂ ਲੱਖਾਂ ਹੋਰਾਂ ਨੇ ਕਿਹਾ? ਇਹ ਜੀ ਦੋ ਸਟੇਟਾਂ ਦੇ ਵਿੱਚ ਮਾਰ ਕਰਦਾ, ਪੰਜਾਬ ਸਾਰਾ, ਦੱਖਣੀ ਪੰਜਾਬ ਜਿਹਦੇ ਵਿੱਚ ਫਿਰੋਜ਼ਪੁਰ, ਫਰੀਦਕੋਟ, ਮੁਕਤਸਰ, ਅਬੋਹਰ, ਫਾਜ਼ਿਲਕਾ, ਇਹ ਇਲਾਕਾ ਇਸ ਪਾਣੀ ਨੂੰ ਪੀਣ ਲਈ ਮਜਬੂਰ ਹੈ ਕਿਉਂਕਿ ਉਹਨਾਂ ਦਾ ਧਰਤੀ ਹੇਠਲਾ ਪਾਣੀ ਬਹੁਤੇ ਇਲਾਕੇ ਦਾ ਖਾਰਾ ਹੈ ਤੇ ਉਹ ਪੀ ਨਹੀਂ ਸਕਦੇ, ਤੇ ਉਹ ਪੀ ਕੇ ਵੀ ਮਰਦੇ ਆ ਤੇ ਨਾ ਪੀ ਕੇ ਵੀ ਮਰਦੇ ਆ। ਤੇ ਦੂਜੇ ਪਾਸੇ ਰਾਜਸਥਾਨ ਦੇ ਘੱਟੋ ਘੱਟ 8 ਜ਼ਿਲ੍ਹੇ, ਉਹ ਹਨੂੰਮਾਨਗੜ੍ਹ ਵਗੈਰਾ ਸਭ, ਗੰਗਾਨਗਰ ਤੋਂ ਲੈ ਕੇ, ਉਹ ਜਿਹੜੇ ਆ ਇਸ ਨਾਲ ਅਫੈਕਟਡ ਨੇ, ਉਹ ਵੀ ਪੀਣ ਨੂੰ ਮਜਬੂਰ ਨੇ। ਪ੍ਰਦੂਸ਼ਣ ਕੰਟਰੋਲ ਬੋਰਡ ਕਹਿੰਦਾ ਕਿ 95% ਲੁਧਿਆਣਾ ਦੇ ਵਿੱਚ ਜਿੰਨੀਆਂ ਡਾਇੰਗ ਦੀਆਂ ਫੈਕਟਰੀਆਂ ਨੇ, ਜਿੰਨੀਆਂ ਹੋਰ ਫੈਕਟਰੀਆਂ ਨੇ, ਉਹਨਾਂ ਦੇ ਕੋਲ ਲੱਗੇ ਹੋਏ ਨੇ ਇਹ ਪਲਾਂਟ, ਵਾਟਰ ਟ੍ਰੀਟਮੈਂਟ ਪਲਾਂਟ ਲੱਗਿਆ ਹੋਇਆ, ਇਹ ਤੋਂ ਬਿਨਾਂ ਅਸੀਂ ਲਾਇਸੈਂਸ ਹੀ ਨਹੀਂ ਦਿੰਦੇ। ਜੇ ਵਾਟਰ ਟ੍ਰੀਟਮੈਂਟ ਪਲਾਂਟ ਲੱਗਿਆ ਤਾਂ ਇਹ ਗੰਦਾ ਪਾਣੀ ਆ ਕਿੱਥੋਂ ਰਿਹਾ? ਮਤਲਬ ਅਸੀਂ ਕੈਮਰਾ ਲੈ ਕੇ ਚੱਲਦੇ ਹਾਂ, ਤੁਹਾਨੂੰ 10 ਥਾਵਾਂ ਦਿਖਾ ਦਿੰਦੇ ਹਾਂ ਜਿੱਥੇ ਗੰਦਾ ਪਾਣੀ ਮਿਕਸ ਹੋ ਰਿਹਾ, ਫਿਰ ਇਹ ਚੀਜ਼ਾਂ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਨਜ਼ਰ ਨਹੀਂ ਆਉਂਦੀਆਂ। ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਜੀ, ਨੀਅਤ ਹੋਵੇ ਤਾਂ ਅੱਗੇ ਗੱਲ ਚੱਲਦੀ ਹੈ, ਗੱਲ ਟੈਕਨੋਲੋਜੀ ਦੀ ਨਹੀਂ ਹੈ। ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਤੋਂ ਝੂਠਾ ਅਦਾਰਾ, ਕਰਪਟ ਅਦਾਰਾ ਮੈਂ ਆਪਣੀ ਜ਼ਿੰਦਗੀ 'ਚ ਨਹੀਂ ਦੇਖਿਆ। ਔਰ ਇਹੀ ਗੱਲ ਭਗਵੰਤ ਮਾਨ ਹੁਣੀ CM ਬਣਨ ਤੋਂ ਪਹਿਲਾਂ ਕਹਿੰਦੇ ਸੀਗੇ ਕਿ PPCB ਦਾ ਮਤਲਬ ਹੈ ਪੰਜਾਬ ਪ੍ਰਦੂਸ਼ਣ ਕਰੋ ਬੋਰਡ। ਉਹ ਬਈ ਕਰੋ ਬੋਰਡ ਹੈ, ਹੁਣ ਤੁਹਾਡੇ ਥੱਲੇ ਉਹ ਚੱਲ ਰਿਹਾ ਹੈ ਤੇ ਹੁਣ ਤੁਸੀਂ ਚੁੱਪ ਕਿਉਂ? ਫਿਰ ਤੁਸੀਂ ਕਿੰਨੇ ਕੁ ਉਹਨਾਂ ਦੇ ਅਫਸਰ ਡਿਸਮਿਸ ਕੀਤੇ, ਕਿੰਨੇ ਕੁ ਸਸਪੈਂਡ ਕੀਤੇ, ਕਿੰਨੇ ਕੁ ਨਵੇਂ ਭਰਤੀ ਕੀਤੇ, ਕਿੰਨਾ ਕੁ ਉਹਨਾਂ ਦਾ ਪ੍ਰੋਸੈਸ ਚੈੱਕ ਕੀਤਾ, ਆਡਿਟ ਕਰਾਇਆ, ਕਿੰਨਾ ਕੁ ਝੂਠ ਬੋਲਦੇ ਹੈ, ਕਿੰਨਾ ਕੁ ਸੈਂਟਰ ਪੋਲਿਊਸ਼ਨ ਕੰਟਰੋਲ ਬੋਰਡ ਤੋਂ ਚੈੱਕ ਕਰਾ ਕੇ ਦੇਖਿਆ ਕਿ ਉਹਨਾਂ ਦੀਆਂ ਰਿਪੋਰਟਾਂ ਸਹੀ ਹੈ ਕਿ ਗਲਤ ਹੈ। ਇਹ ਤਾਂ ਕਰਪਸ਼ਨ ਦੇ ਅੱਡੇ ਹੈ, ਮਹੀਨਾ ਬੰਨਿਆ ਹੋਇਆ, ਡਾਇੰਗ ਇੰਡਸਟਰੀ, ਇਲੈਕਟ੍ਰੋਪਲੇਟਿੰਗ ਇੰਡਸਟਰੀ, ਲੁਧਿਆਣੇ ਦੀਆਂ ਸਭ ਇੰਡਸਟਰੀਆਂ ਇਹਨਾਂ ਨੂੰ ਬਹੁਤ ਮੋਟਾ ਜਿਹੜਾ ਪੈਸਾ ਦਿੰਦੀਆਂ। ਹੁਣ ਹੋ ਸਕਦਾ ਮੈਂ ਇਹ ਜੋ ਗੱਲ ਕਹਿ ਰਿਹਾ ਇਹਦਾ ਕੱਲ ਨੂੰ ਕੋਈ ਕਹੇ ਕਿ ਜੀ ਡਿਫੇਮੇਸ਼ਨ ਹੈ, ਪਰ ਹੁਣ ਮਰਤਾ ਕਿਆ ਨਾ ਕਰਤਾ, ਪਾਣੀ ਕਿੱਥੇ ਭਰ ਰਹੇ? ਬਿਲਕੁਲ ਠੀਕ ਹੈ ਜੀ, ਮੈਂ ਵਾਪਸ ਆਉਣਾ ਤਾਂ ਖਹਿਰਾ ਸਾਹਿਬ ਵੀ ਮੇਰੇ ਨਾਲ ਜੁੜੇ ਹੋਏ ਨੇ, ਫਿਰ ਲੱਖਾ ਹੋਰਾਂ ਕੋਲ ਵੀ ਚੱਲਾਂਗੇ। ਖਹਿਰਾ ਸਾਹਿਬ, ਮੈਨੂੰ ਚੰਗੀ ਤਰ੍ਹਾਂ ਯਾਦ ਆ ਜਦੋਂ ਮੱਤੇਵਾੜਾ ਦਾ ਰੌਲਾ ਪਿਆ ਸੀ, ਮੈਂ ਖੁਦ ਆਇਆ ਸੀ, ਆਪਾਂ ਇਹ ਸਾਰੀ ਮੁਹਿੰਮ ਵੀ ਵਿੱਢੀ ਅਸੀਂ, ਉਹ ਰਿਪੋਰਟ ਵੀ ਚਲਾਈ, ਉਦੋਂ ਸਰਕਾਰ ਨੇ ਆਪਣੇ ਕਦਮ ਪਿੱਛੇ ਖਿੱਚ ਲਏ ਸੀ ਕਿ ਨਹੀਂ ਭਾਈ ਇਹ ਗੱਲਾਂ ਠੀਕ ਨੇ। ਪਰ ਇਹ ਜਿਹੜਾ ਮੁੱਦਾ ਹੈਗਾ, ਇਹ ਬੁੱਢੇ ਨਾਲੇ ਦਾ ਮੁੱਦਾ, ਇਹਦੇ ਲਈ ਤਾਂ ਆਵਾਜ਼ਾਂ ਬੜੀ ਦੇਰ ਦੀਆਂ ਉੱਠ ਰਹੀਆਂ ਨੇ। ਕਿੰਨਾ ਕੁ ਮੁਸ਼ਕਲ ਹੈ ਸਰਕਾਰ ਦੇ ਲਈ ਇਹਨੂੰ ਕਾਬੂ ਕਰ ਪਾਉਣਾ? ਇੱਕ ਸਟੇਟ ਚਲਾ ਰਹੇ ਹੋ ਤੁਸੀਂ, ਸਟੇਟ ਦੇ ਲਈ ਤੁਸੀਂ, ਤੁਹਾਡੇ ਲਈ ਜ਼ਿੰਦਗੀ ਦੇ ਆਧਾਰ ਕੀ ਹੁੰਦੇ ਨੇ? ਹਵਾ, ਪਾਣੀ, ਇਹ ਸਭ ਤੋਂ ਵੱਡੇ ਆਧਾਰ ਨੇ। ਕਿੰਨਾ ਕੁ ਮੁਸ਼ਕਲ ਕੰਮ ਲੱਗ ਰਿਹਾ ਕਿ ਮੱਤੇਵਾੜਾ ਵਾਲਾ ਪ੍ਰੋਜੈਕਟ ਰੱਦ ਹੋ ਸਕਦਾ, ਪਰ ਇਹ ਅਸੀਂ ਕੰਮ ਠੀਕ ਨਹੀਂ ਕਰ ਸਕਦੇ? ਇਸ ਤਰ੍ਹਾਂ ਬੁੱਢੇ ਦਰਿਆ ਦਾ ਮਾਮਲਾ ਅੱਜ ਦਾ ਨਹੀਂ ਹੈ। ਜਿਸ ਤਰ੍ਹਾਂ ਜਸਕੀਰਤ ਜੀ ਨੇ ਕਿਹਾ ਕਿ 40 ਸਾਲ ਹੋ ਗਏ ਨੇ ਜੀ, 40 ਸਾਲ ਤੋਂ ਇਹ ਤ੍ਰਾਸਦੀ ਵੱਧਦੀ ਵੱਧਦੀ ਜਾ ਰਹੀ ਹੈ, ਅੱਜ ਦੀ ਨੌਬਤ ਤੇ ਪਹੁੰਚ ਗਈ ਹੈ।
ਪਰ 2006 ਤੋਂ ਲੈ ਕੇ ਅੱਜ ਤੱਕ ਜਿੰਨੀਆਂ ਵੀ ਕਮੇਟੀਆਂ ਬਣਾਈਆਂ ਗਈਆਂ, ਕਮੇਟੀਆਂ ਦੇ ਨਾਂ ਤੇ ਟਾਈਮ ਸਪੈਂਡ ਕੀਤਾ ਗਿਆ, ਔਰ ਕਮੇਟੀਆਂ ਨੇ ਜਿਹੜੀ ਰਿਪੋਰਟ ਦਿੱਤੀ ਹੈ ਉਹਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਦੀ ਰਿਪੋਰਟ ਦੇ ਵਿੱਚ ਇੱਕੋ ਹੀ ਪੁਆਇੰਟ ਹੁੰਦਾ ਸੀ ਕਿ ਇੰਡਸਟਰੀਅਲ ਜਿਹੜੀ ਵੇਸਟ ਪ੍ਰੋਡਕਟ ਹੈ, ਜਿਹੜਾ ਪਾਣੀ ਹੈ, ਉਹਨੂੰ ਬੁੱਢੇ ਦਰਿਆ ਦੇ ਵਿੱਚ ਪੈਣੋਂ ਇੱਕਦਮ ਰੋਕਿਆ ਜਾਵੇ ਸਭ ਤੋਂ ਪਹਿਲਾਂ। ਪਰ ਉਸ ਚੀਜ਼ ਨੂੰ ਇੰਪਲੀਮੈਂਟ ਕਰਨ ਦੇ ਵਿੱਚ ਗੌਰਮੈਂਟ ਵੀ ਫੇਲ ਹੋਈ ਹੈ, ਇਸ ਚੀਜ਼ ਦੇ ਉੱਤੇ ਬੁੱਢੇ ਦਰਿਆ ਦੇ ਮਾਮਲੇ ਦੇ ਵਿੱਚ ਜੁਡੀਸ਼ਰੀ ਵੀ ਫੇਲ ਹੋਈ ਹੈ, ਔਰ ਹੁਣ ਜਾ ਕੇ ਲੋਕਾਂ ਦੀ ਲਾਮਬੰਦੀ ਹੋਈ ਹੈ। ਜਦੋਂ ਲੋਕੀ ਜਾਗਰਤ ਹੋ ਕੇ ਹੁਣ ਲਾਮਬੰਦ ਹੋਣ ਲੱਗੇ ਨੇ, ਹੁਣ ਪੋਲੀਟੀਸ਼ੀਅਨਸ ਡਰਾਮਾ ਕਰਨ ਲੱਗ ਗਏ ਨੇ। ਡਰਾਮਾ ਵੀ ਇਸ ਤਰ੍ਹਾਂ ਦਾ ਹੈਗਾ ਜਿਹੜਾ ਅੱਜ ਨੀਂਹ ਪੱਥਰ ਤੋੜਨ ਦਾ, ਇਹ ਉਹੀ ਵਿਧਾਇਕ ਹੈਗੇ ਨੇ ਜਿਹੜੇ 10 ਦਿਨ ਪਹਿਲਾਂ ਡੀਸੀ ਆਫਿਸ ਡਾਇੰਗਾ ਵਾਲਿਆਂ ਦੀ ਮੀਟਿੰਗ ਕਰਵਾਉਣ ਗਏ ਸੀਗੇ, ਜਦੋਂ ਫਾਈਨਲ ਕਲੋਜ਼ਰ ਨੋਟਿਸ ਡਿਪਾਰਟਮੈਂਟਾਂ ਨੇ ਦਿੱਤੇ ਸੀ ਇਹਨਾਂ ਨੂੰ ਕਿ ਤੁਸੀਂ ZLD ਤੇ ਨਹੀਂ ਆ ਰਹੇ, ਇਸ ਕਰਕੇ ਤੁਹਾਨੂੰ ਫਾਈਨਲ ਕਲੋਜ਼ਰ ਨੋਟਿਸ ਹੈ। ਉਹਨਾਂ ਨੂੰ ਇਹ ਵਿਚਾਰੇ ਕਹਿ ਕੇ ਗੱਲ ਕਰ ਰਹੇ ਸੀ। ਅੱਜ ਵੀ ਇਹ ਅਫਸਰਸ਼ਾਹੀ ਦੇ ਉੱਤੇ ਬੋਲਦੇ ਨੇ ਕਿ ਉਹ ਕਰਪਟ ਹੈ, ਕਰਪਟ ਹੈਗੀ ਹੈ ਤਾਂ ਕਿਹੜੇ ਬੰਦਿਆਂ ਕੋਲੋਂ ਕਰਪਸ਼ਨ ਦੇ ਲਈ ਪੈਸਾ ਲੈ ਰਿਹਾ ਇਹਨੇ, ਇਸ ਗੱਲ ਦੇ ਉੱਤੇ ਵਿਧਾਇਕ ਸਾਹਿਬ ਸਾਡੇ ਸਾਇਲੈਂਟ ਹੈਗੇ। ਬਿਲਕੁਲ, ਇਹ ਬਹੁਤ ਵੱਡਾ ਸਵਾਲ ਹੈ। ਇੱਕ ਫਟਾਫਟ ਨਵੀਨ ਸ਼ਰਮਾ ਤੋਂ ਰਿਐਕਸ਼ਨ ਲੈ ਲੈਣੇ ਆ। ਨਵੀਨ, ਕਿਉਂਕਿ ਜਿਹੜੇ ਮੇਰੇ ਨਾਲ ਮਹਿਮਾਨ ਵੀ ਨੇ ਪੈਨਲ ਦੇ ਵਿੱਚ, ਉਹ ਵੀ ਸਾਰੇ ਇਹ ਕਹਿ ਰਹੇ ਨੇ ਕਿ ਇਹ ਡਰਾਮੇ ਤੋਂ ਵੱਧ ਕੁਝ ਲੱਗਦਾ ਨਹੀਂ, ਪਰ ਤੁਹਾਨੂੰ ਇਹ ਲੱਗਦਾ ਕਿ ਇਹ ਸਭ ਕੁਝ ਇਸ ਕਰਕੇ ਕਰਨਾ ਪਿਆ ਕਿਉਂਕਿ ਪਬਲਿਕ ਪ੍ਰੈਸ਼ਰ ਬਹੁਤ ਬਣਦਾ ਜਾ ਰਿਹਾ, ਡੇ ਬਾਏ ਡੇ ਪ੍ਰੈਸ਼ਰ ਇੰਨਾ ਵੱਧਦਾ ਜਾ ਰਿਹਾ, ਜਿਨ੍ਹਾਂ ਨੂੰ ਨਹੀਂ ਵੀ ਪਤਾ ਸੀਗਾ ਬੁੱਢੇ ਦਰਿਆ ਬਾਰੇ ਜਾਂ ਬੁੱਢੇ ਨਾਲੇ ਬਾਰੇ, ਉਹਨਾਂ ਨੂੰ ਵੀ ਪਤਾ ਲੱਗ ਗਿਆ, ਉਹ ਵੀ ਹੁਣ ਇਸ ਮੁਹਿੰਮ ਦਾ ਹਿੱਸਾ ਬਣਦਾ ਜਾ ਰਹੇ ਨੇ। ਉਸ ਪ੍ਰੈਸ਼ਰ ਨੂੰ ਘੱਟ ਕਰਨ ਦੇ ਲਈ ਇਹ ਸਭ ਕੁਝ ਕੀਤਾ ਗਿਆ MLA ਸਾਹਿਬ ਵੱਲੋਂ? ਬਿਲਕੁਲ, ਕਿਉਂਕਿ ਆਉਣ ਵਾਲੇ ਦਿਨਾਂ ਜਿੰਨੀਆਂ ਵੀ ਸਮਾਜ ਸੇਵੀ ਸੰਸਥਾਵਾਂ ਨੇ, ਕਿਉਂਕਿ ਪਬਲਿਕ ਐਕਸ਼ਨ ਕਮੇਟੀ ਕੱਲ੍ਹ ਇਹਦੇ ਉੱਤੇ ਪ੍ਰੋਟੈਸਟ ਕਰਨ ਜਾ ਰਹੀ ਹੈ, ਨਾਮ ਕਾਲਾ ਪਾਣੀ ਦਿੱਤਾ, ਔਰ ਬੁੱਢੇ ਨਾਲੇ ਦੇ ਕਾਲੇ ਪਾਣੀ ਨੂੰ ਚਿੱਟਾ ਕਰਨ ਦੇ ਲਈ ਲਗਾਤਾਰ ਕਈ ਵਾਰ ਸਿਆਸਤ ਹੋਈ ਹੈ, ਔਰ ਅੱਜ ਜਿਸ ਤਰ੍ਹਾਂ ਦੇ ਨਾਲ ਤਸਵੀਰਾਂ ਵੇਖਣ ਨੂੰ ਮਿਲੀਆਂ, ਆਮ ਜਨਤਾ ਜਿਹੜੀ ਇੱਥੋਂ ਗੁਜ਼ਰਦੀ ਹੈ, ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਔਰ ਥੋੜ੍ਹਾ ਜਿਹਾ ਤੁਸੀਂ ਅੱਗੇ ਆ ਜਾਓ, ਤੁਸੀਂ ਦੇਖ ਰਹੇ ਹੋ ਸਾਨੂੰ, ਤੁਸੀਂ ਇੱਥੋਂ ਲੰਘਦੇ ਹੋ, ਤੁਸੀਂ ਰਹਿੰਦੇ ਵੀ ਇੱਥੇ ਹੀ ਹੋ ਮੇਰੇ ਖਿਆਲ ਨਾਲ। ਮੈਂ ਤਾਂ ਸਾਹਿਬ ਕਿਵੇਂ ਦੇਖਦੇ ਹੋ ਅੱਜ ਇਹ ਜਿਸ ਤਰ੍ਹਾਂ ਦੇ ਨਾਲ ਪੁਲੀ ਤੇ ਉਦਘਾਟਨ ਕੀਤਾ ਸੀ ਪਹਿਲੇ ਆਮ ਆਦਮੀ ਪਾਰਟੀ ਦੇ ਵੱਲੋਂ, ਔਰ ਅੱਜ ਤੋੜਿਆ ਗਿਆ ਵਿਧਾਇਕ ਵੱਲੋਂ? ਦੇਖੋ, ਅੱਜ ਬਹੁਤ ਹੀ ਸ਼ਰਮਸਾਰ ਗੱਲ ਹੈ ਸਰਕਾਰ ਲਈ ਕਿ ਸੱਤਾ ਪਕਸ਼ ਦੇ ਵਿਧਾਇਕ ਖੁਦ ਆਪਣੀ ਪਾਰਟੀ ਦੀ ਸਰਕਾਰ ਦੀ ਪੋਲ ਖੋਲ ਰਹੇ ਨੇ ਕਾਰਜ ਪ੍ਰਣਾਲੀ ਦੀ, ਔਰ ਬੜਾ ਅਫਸੋਸ ਹੁੰਦਾ ਹੈ ਕਿ ਇੱਕ ਵਿਧਾਇਕ ਨੇ ਤਾਂ ਸ਼ਰਮਸਾਰ ਹੋ ਕੇ ਇਹ ਤੋੜਤਾ, ਜਿਹੜੇ ਉਧਰ ਸਾਹਮਣੇ ਲੱਗੇ ਆ ਇੱਧਰ ਲੱਗੇ ਆ ਉਹ ਵੀ ਸ਼ਾਇਦ ਉਹਨਾਂ ਦੀ ਵੀ ਆਤਮਾ ਜਾਗ ਜਾਵੇ। ਦੇਖੋ, 650 ਕਰੋੜ ਰੁਪਏ ਦੀ ਗੱਲ ਆਈ ਜਿਹੜੀ ਸਮਾਰਟ ਸਿਟੀ ਦਾ ਇਹਨਾਂ ਨੂੰ ਦਿੱਤਾ ਗਿਆ, ਕਰੋੜਾਂ ਰੁਪਏ ਪਹਿਲਾਂ ਵੀ ਇੱਥੇ ਲਾਏ, ਇਹ ਤਾਂ ਇਹਨਾਂ ਦੀ ਮੈਂ ਸਮਝਦਾ ਇੱਕ ਸੋਨੇ ਦੀ ਖਾਣ ਹੈ, ਇਹ ਦਰਿਆ ਨਾਲਾ ਜਿਹੜਾ ਬਣ ਗਿਆ ਗੰਦਾ ਨਾਲਾ, ਇਹਦੇ ਵਿੱਚ ਸਾਫ ਕਰਨ ਲਈ ਅੰਨੀਆਂ ਸੰਸਥਾਵਾਂ, ਅੰਨੇ ਲੋਕਾਂ ਨੇ, ਅੰਨੇ ਪੋਲੀਟੀਕਲ ਬੰਦਿਆਂ ਨੇ, ਅੰਨੀਆਂ ਸਰਕਾਰਾਂ ਨੇ ਜੋ ਕੁਛ ਵੀ ਦਿੱਤਾ ਉਹ ਮੈਂ ਸਮਝਦਾ ਪੋਲੀਟੀਕਲ ਔਰ ਸਰਕਾਰੀ ਤੌਰ ਤੇ ਜਿਬੇ ਚਲ ਗਿਆ। ਅੱਜ ਜਿਹਦਾ ਖੁਲਾਸਾ ਰੋਜ਼ ਵਜੋਂ ਵਿਧਾਇਕ ਖੁਦ ਕਰਕੇ ਗਏ ਨੇ, ਅਸੀਂ ਤਾਂ ਇਹੀ ਮਹਿਸੂਸ ਕਰਦੇ ਹਾਂ, ਅਸੀਂ ਇੱਥੋਂ ਰੋਜ਼ ਗੁਜ਼ਰਦੇ ਹਾਂ, ਰੋਜ਼ ਜਾਂਦੇ ਹਾਂ, ਔਰ ਹੈਰਾਨਗੀ ਤਾਂ ਇਹ ਹੈ ਕਿ ਆਹ ਸੜਕਾਂ ਬਣਾਉਣ ਦੇ ਨਾਲ ਸਾਈਡ ਦੇ ਨਾਂ ਦੇ ਨਾਲੇ ਦਾ ਆਕਾਰ ਛੋਟਾ ਹੋ ਰਿਹਾ, ਜਿਹਦੇ ਕਰਕੇ ਥੋੜ੍ਹੀ ਜਿਹੀ ਬਰਸਾਤ 'ਚ ਵੀ ਪਾਣੀ ਬੈਗ ਮਾਰ ਰਿਹਾ, ਔਰ ਲੋਕਾਂ ਦੇ ਘਰਾਂ 'ਚ ਆਬਾਦੀਆਂ ਜਿਹੜੀਆਂ ਨਾਲ ਦੀਆਂ ਬਿਮਾਰੀਆਂ ਨਾਲ ਪੀੜਿਤ ਹੋ ਰਹੀਆਂ, ਉਹਦੇ ਵੱਲ ਕਿਸੇ ਦਾ ਧਿਆਨ ਨਹੀਂ। ਇਹ ਪੱਥਰ ਲਾ ਕੇ ਰਾਜਨੀਤੀ ਕਰਦੇ ਸੀ, ਅੱਜ ਇਹਨਾਂ ਦੀ ਸ਼ਾਇਦ ਆਤਮਾ ਜਾਗੀ ਹੈ, ਜਾਂ ਅਸੀਂ ਇਹ ਵੀ ਕਹੀਏ ਉਹ ਸਦਾ ਵੰਡ ਦੀ ਲੜਾਈ ਨਾ ਹੋਵੇ।
ਉਦਘਾਟਨ ਕੀਤਾ ਸੀ ਉਹਨੂੰ ਆਪ ਹੀ ਤੋੜ ਦਿੱਤਾ ਔਰ ਕਈ ਵਾਰ ਸਿਆਸਤ ਹੋਈ ਹੈ ਬੁੱਢੇ ਨਾਲੇ ਦੇ ਪਰ ਬੁੱਢਾ ਨਾਲਾ ਉੱਥੇ ਦਾ ਉੱਥੇ ਹੀ ਹੈ ਕਾਲਾ ਪਾਣੀ ਉੱਥੇ ਦਾ ਉੱਥੇ ਹੀ ਹੈ ਚਿੱਟਾ ਕਦੀ ਨਹੀਂ ਹੋ ਸਕਿਆ ਸੋ ਇਹ ਰੋਸ ਆਮ ਜਨਤਾ ਜਿਹੜੀ ਨਿਕਲਦੀ ਹੈ ਥੋੜਾ ਵਿੱਚ ਵੇਖਣ ਨੂੰ ਮਿਲ ਰਿਹਾ ਔਰ ਅੱਜ ਦੀ ਜਿਹੋ ਜਿਹੀ ਤਸਵੀਰ ਸਾਹਮਣੇ ਆਈ ਹੈ ਲੱਗਦਾ ਕਿ ਇਤਿਹਾਸ ਵਿੱਚ ਪਹਿਲੀ ਵਾਰ ਜਿਹਦੀ ਸਰਕਾਰ ਹੋਵੇ ਜਿਹਦਾ MLA ਹੋਵੇ ਜਿਹਦਾ ਹਲਕਾ ਹੋਵੇ ਉਸ ਹਲਕੇ ਦੇ ਵਿੱਚ ਖੁਦ ਵਿਧਾਇਕ ਨੇ ਉਦਘਾਟਨ ਕਰਾਇਆ ਹੋਵੇ ਮੁੱਖ ਮੰਤਰੀ ਦੇ ਹੱਥੋਂ ਤੇ ਉਹ ਉਦਘਾਟਨ ਦਾ ਜਿਹੜਾ ਨੀਂਹ ਪੱਥਰ ਹੈ ਉਹ ਆਪ ਹੀ ਤੋੜ ਗਿਆ ਹੋਵੇ ਸਾਡੇ ਬਿਲਕੁਲ ਨਵੀਨ ਨਾਲ ਥੋੜੀ ਦੇਰ ਪਹਿਲਾਂ ਗੱਲਬਾਤ ਵੀ ਕੀਤੀ ਹੈ ਉਹ ਵਿਧਾਇਕ ਸਾਹਿਬ ਦੇ ਨਾਲ ਉਹ ਤੁਹਾਨੂੰ ਗੱਲਬਾਤ ਵੀ ਥੋੜੀ ਜਿਹੀ ਸੁਣਾ ਦਿੰਦੇ ਆ MLA ਸਾਹਿਬ ਦੇ ਨਾਲ ਗੱਲਬਾਤ ਜਦੋਂ ਕੀਤੀ ਤਾਂ ਉਹਨਾਂ ਦਾ ਗੁੱਸਾ ਸੀਗਾ ਉਹ ਹੋਰ ਜ਼ਿਆਦਾ ਚੜ ਗਿਆ ਉਹ ਕਹਿੰਦੇ ਨੇ ਕਿ ਦੇਖੋ ਮੇਰਾ ਵਸ ਨਹੀਂ ਚੱਲ ਰਿਹਾ ਨਹੀਂ ਤਾਂ ਮੈਂ ਹੋਰ ਵੀ ਬਹੁਤ ਕੁਝ ਕਰ ਦਿੰਦਾ ਇੱਕ ਤੁਹਾਨੂੰ ਉਹ ਬਾਈਟ ਵੀ ਸੁਣਾ ਦਿੰਦਾ ਮੇਰੇ ਨਾਲ ਉਹ ਵਿਧਾਇਕ ਵੀ ਹੈ ਗੁਰਪ੍ਰੀਤ ਬੱਸੀ ਗੋਗੀ ਵੈਸਟ ਹਲਕੇ ਤੋਂ ਆਪਣੇ ਹੀ ਹਲਕੇ ਦੇ ਵਿੱਚ ਉਹ ਨੀਂਹ ਪੱਥਰ ਲੱਗਿਆ ਸੀ ਬੁੱਢੇ ਨਾਲੇ ਨੂੰ ਸਾਫ਼ ਕਰਨ ਵਾਸਤੇ ਉਹ ਨੀਂਹ ਪੱਥਰ ਕਿਉਂ ਤੋੜਿਆ ਤੁਸੀਂ ਆਪਣੇ ਹੱਥਾਂ ਦੇ ਨਾਲ ਤੋੜ ਰਹੇ ਹੋ ਉਹਦੇ ਉੱਤੇ ਮੁੱਖ ਮੰਤਰੀ ਸਾਹਿਬ ਦਾ ਨਾਂ ਵੀ ਲਿਖਿਆ ਇਹ ਵੱਡੀ ਗਲਤੀ ਤਾਂ ਨਹੀਂ ਕਰ ਲਈ ਤੁਸੀਂ ਗੱਲ ਇਹ ਆ ਮਾਨ ਸਾਹਿਬ ਸਾਡੇ ਹੈਗੇ ਜ਼ੀਰੋ ਟੋਲਰੈਂਸ ਵਾਲੇ ਰਾਈਟ ਉਹ ਵੀ ਇਹ ਕਪੜੇ ਦੇ ਖਿਲਾਫ਼ ਜ਼ੀਰੋ ਟੋਲਰੈਂਸ ਆ ਉਹਨਾਂ ਦੇ ਮਨ 'ਚ ਵੀ ਅਤੇ ਜਦੋਂ ਉਹਨਾਂ ਨੂੰ ਪਤਾ ਲੱਗੋ ਸ਼ਾਬਾਸ਼ ਹੀ ਦੇਣਗੇ ਕਿਉਂਕਿ ਅਸੀਂ ਉਹ ਪੱਥਰ ਤੋੜਿਆ ਨਹੀਂ ਹੈ ਉਹ ਉਤਾਰਿਆ ਪਹਿਲੀ ਗੱਲ ਤੁਹਾਡੇ ਮੈਂ ਸ਼ਬਦਾਂ ਦੇ ਸੋਧ ਦਵਾਂ ਥੋੜ੍ਹਾ ਜਿਹਾ ਤੁਸੀਂ ਸ਼ਬਦ ਥੋੜ੍ਹੇ ਜਿਹੇ ਤੋੜ ਮਰੋੜ ਤੁਸੀਂ ਆਪਣੇ ਹੱਥਾਂ ਦੇ ਨਾਲ ਇੱਕ ਮਿੰਟ ਮੇਰੀ ਗੱਲ ਸੁਣੋ ਉਜਾਰ ਦੇ ਨਾਲ ਉਹਨੂੰ ਤੋੜ ਰਹੇ ਹੋ ਬਿਲਕੁਲ ਪੱਥਰ ਨਹੀਂ ਤੋੜ ਰਿਹਾ ਇੱਟ ਤੋੜ ਰਿਹਾ ਕੋਲਾ ਕੋਲਾ ਸੁਣੋ ਭਗਵੰਤਮਾਨ ਸਾਹਿਬ ਦੇ ਨਾਮ ਦੇ ਉੱਤੇ ਸੁਣੋ ਇੱਕ ਮਿੰਟ ਕੈਮਰਾ ਦੇਖੋ ਉਹਦੇ ਕਲਿੱਕ ਦੇਖੋ ਪੱਥਰ ਉਤਾਰ ਕੇ ਐਜ਼ ਇਟ ਇਜ਼ ਕਾਰਪੋਰੇਸ਼ਨ ਆਫਿਸ ਅਸੀਂ ਜਮ੍ਹਾਂ ਕਰਾਤਾ ਪਹਿਲੀ ਗੱਲ ਵਿਦ ਡਿਊ ਰਿਗਾਰਡ ਠੀਕ ਹੈ ਅਤੇ ਬਾਕੀ ਠੀਕ ਆ ਅਸੀਂ ਪੱਥਰ ਚਾਰ ਨਾਲ ਲਾਇਆ ਸੀ ਮੇਰੇ ਨਾਮ ਦਾ ਪੱਥਰ ਸੀ ਮੈਂ ਹੀ ਉਦਘਾਟਨ ਕੀਤਾ ਸੀਗਾ ਅਤੇ ਜਦੋਂ ਅਸੀਂ ਉਹ ਕੰਮ 1.5 ਸਾਲ ਤੋਂ ਹੋ ਹੀ ਨਹੀਂ ਰਿਹਾ ਕੰਮ ਅਫਸਰਸ਼ਾਹੀ ਹਾਵੀ ਇੰਨੀ ਆ ਵੀ ਉਹ ਕੰਮ ਕਰਨ ਲਈ ਤਿਆਰ ਹੀ ਨਹੀਂ ਬਿੱਲ ਲਗਾਤਾਰ ਉਹਨਾਂ ਨੂੰ ਕੰਪਨੀਆਂ ਨੂੰ 588 ਕਰੋੜ ਕਿੱਦਾਂ ਦੇਤਾ ਜੀ ਜਦੋਂ ਤਾਂ ਤੁਹਾਡਾ ਬੁੱਢਾ ਨਾਲਾ ਸਾਫ਼ ਨਹੀਂ ਜੀ 34 ਕਰੋੜ AMC ਕਿੱਥੋਂ ਦੇਤਾ ਜੀ ਜਦੋਂ ਤੁਹਾਡਾ ਬੁੱਢਾ ਨਾਲਾ ਸਾਫ਼ ਨਹੀਂ ਹੋ ਰਿਹਾ ਜੀ ਅਤੇ ਜਦੋਂ ਇੰਨੇ ਪੈਸੇ ਚਲੇ ਗਏ 650 ਕਰੋੜ ਤੋਂ ਸਾਡੇ ਕੋਲ ਰਹਿ ਗਿਆ 60 ਕਰੋੜ 60 ਕਰੋੜ 'ਚ ਬੁੱਢਾ ਨਾਲਾ ਤਾਂ ਅੱਜ ਤੋਂ ਇਹਨਾਂ ਤੋਂ ਇੰਨੇ 'ਚ ਸਾਫ਼ ਨਹੀਂ ਹੋਇਆ ਅਤੇ 60 ਕਰੋੜ 'ਚ ਕੀ ਕਰ ਲੈਣਗੇ ਸੋ ਇਹ ਦਾਅਵਾ ਇਹਨਾਂ ਵੱਲੋਂ ਕੀਤਾ ਜਾ ਰਿਹਾ ਕਿ 60 ਕਰੋੜ ਰੁਪਈਆ ਰਹਿ ਗਿਆ ਬਾਕੀ ਸਾਰਾ ਲੱਗ ਗਿਆ ਲੱਖਾ ਸਰਾਣਾ ਇੱਕ ਵਾਰ ਫਿਰ ਤੋਂ ਜੁੜ ਗਏ ਨੇ ਲੱਖ ਭਾਈ ਆਵਾਜ਼ ਆ ਰਹੀ ਹੈ ਮੇਰੀ ਮੈਂ ਤਾਂ ਹੀ ਸਵਾਲ ਪੁੱਛਾਂ ਤੁਹਾਨੂੰ ਹਾਂਜੀ ਹਾਂਜੀ ਇੱਕ ਬੜਾ ਅਹਿਮ ਸਵਾਲ ਹੈ ਤੁਸੀਂ ਲਗਾਤਾਰ ਇਹਦੇ ਲਈ ਤਾਂ ਮੁਹਿੰਮ ਛਿੜੀ ਹੋਈ ਹੈ ਪਰ ਨਾਲ ਹੀ ਇੱਕ ਗੱਲ ਇਹ ਵੀ ਹੈ ਨਾ ਕਿ ਆਪਾਂ ਪੰਜਾਬ ਦੇ ਨੌਜਵਾਨਾਂ ਲਈ ਮੁੰਡਿਆਂ ਲਈ ਰੁਜ਼ਗਾਰ ਦੀ ਵੀ ਮੰਗ ਕਰਦੇ ਹਾਂ ਹੁਣ ਜਿਹੜੀਆਂ ਫੈਕਟਰੀਆਂ ਬੰਦ ਕਰਨ ਦੀ ਤੁਸੀਂ ਡਿਮਾਂਡ ਕਰਦੇ ਹੋ ਉਹਨਾਂ ਫੈਕਟਰੀਆਂ ਦੇ ਵਿੱਚ ਹਜ਼ਾਰਾਂ ਲੋਕ ਜੁੜੇ ਹੋਏ ਨੇ ਰੁਜ਼ਗਾਰ ਜੁੜੇ ਹੋਏ ਨੇ ਕਈਆਂ ਦੇ ਘਰ ਪਰਿਵਾਰ ਜੁੜੇ ਹੋਏ ਨੇ ਫਿਰ ਇਹ ਦੋਵੇਂ ਚੀਜ਼ਾਂ ਇਕੱਠੀਆਂ ਕਿਵੇਂ ਹੋ ਸਕਦੀਆਂ ਤੁਹਾਨੂੰ ਪਾਣੀ ਵੀ ਚਾਹੀਦਾ ਅਤੇ ਤੁਹਾਨੂੰ ਰੁਜ਼ਗਾਰ ਵੀ ਚਾਹੀਦਾ ਦੋਨੇ ਚੀਜ਼ਾਂ ਵਿੱਚੋਂ ਬਾਈ ਜੀ ਮੈਂ ਜੇ ਤੁਹਾਨੂੰ ਕਹਾਂ ਵੀ ਆਹ ਤੁਹਾਡੇ ਲਈ ਪੈਸਾ ਤੇ ਇੱਧਰ ਜ਼ਿੰਦਗੀ ਆ ਕਿਹੜੀ ਚੀਜ਼ ਚੁਣੋਗੇ ਹਾਂ ਬਿਲਕੁਲ ਜ਼ਿੰਦਗੀ ਚੁਣਾਂਗੇ ਪਰ ਉਹ ਹੁਣ ਤੁਸੀਂ ਦੂਜੇ ਪਾਸੇ ਇਹ ਵੀ ਲੈ ਲਓ ਅੱਜ ਤੁਸੀਂ ਸੜਕਾਂ ਤੇ ਉਤਰੋਗੇ ਕੱਲ ਨੂੰ ਉਹ ਫੈਕਟਰੀ ਵਾਲੇ ਵੀ ਸੜਕਾਂ ਤੇ ਉਤਰਨਗੇ ਉਹਨਾਂ ਦੇ ਵਿੱਚ ਬੈਠੇ ਮੁਲਾਜ਼ਮ ਵੀ ਉਤਰਨਗੇ ਸੜਕਾਂ ਤੇ ਵੀ ਭਾਈ ਸਾਡੀ ਕੀ ਗਲਤੀ ਆ ਸਾਡੀ ਰੋਜ਼ੀ ਰੋਟੀ ਕਿਉਂ ਖੋ ਰਹੇ ਹੋ ਜੀਰੇ ਦੇ ਵਿੱਚ ਜਦੋਂ ਮਸਲਾ ਉੱਠਿਆ ਜੀਰੇ ਦੇ ਲੋਕ ਆਲੇ ਦੁਆਲੇ ਦੇ ਪਿੰਡਾਂ ਦੇ ਉਦੋਂ ਉੱਠੇ ਜਦੋਂ ਲੋਕ ਮਰਨ ਲੱਗ ਗਏ ਪਸ਼ੂ ਮਰਨ ਲੱਗ ਗਏ ਬੋਰਾਂ ਦੇ ਵਿੱਚੋਂ ਨਲਕਿਆਂ ਖੂਹਾਂ ਦੇ ਵਿੱਚੋਂ ਐ ਬਿਲਕੁਲ ਕਾਲਾ ਸ਼ਾਹ ਪਾਣੀ ਨਿਕਲਣ ਲੱਗ ਗਿਆ ਉੱਥੇ ਵੀ ਸਰਕਾਰ ਨੇ ਫੈਕਟਰੀਆਂ ਦੇ ਮਾਲਕਾਂ ਨੇ ਕੁਛ ਬੰਦੇ ਬਰਾਬਰ ਬਿਠਾ ਤੇ ਵੀ ਇਹਨਾਂ ਦਾ ਰੁਜ਼ਗਾਰ ਖਤਮ ਹੋ ਰਿਹਾ ਜੇ ਇੱਥੇ ਜ਼ਿੰਦਗੀ ਨਾ ਰਹੀ ਇੱਥੇ ਇਨਸਾਨ ਨਾ ਜਾਂਦੇ ਰਹੇ ਤੇ ਆਪਾਂ ਰੁਜ਼ਗਾਰ ਕਿਹਦੇ ਲਈ ਪੈਦਾ ਕਰ ਰਹੇ ਹਾਂ ਬਹੁਤ ਵੱਡਾ ਸਵਾਲ ਦੂਜੀ ਗੱਲ ਪੰਜਾਬ ਇੱਕ ਖੇਤੀ ਵਾਲਾ ਸੂਬਾ ਇੱਥੇ ਕੋਈ ਬਹੁਤੀ ਲੋੜ ਨਹੀਂ ਆ ਠੀਕ ਆ ਇਹ ਲਗਾਤਾਰ ਸਾਡੀ ਲਗਾਤਾਰ ਜਿਹੜਾ ਖੇਤੀ ਆ ਸੈਕਟਰ ਉਹਨੂੰ ਖੇਤੀ ਸੈਕਟਰ ਨੂੰ ਮਾਰ ਰਹੇ ਆ
ਲਗਾਤਾਰ ਸਾਡੀਆਂ ਜ਼ਮੀਨਾਂ ਜਿਹੜੀਆਂ ਹੈਗੀਆਂ ਨੇ ਉਹ ਚਾਹੇ ਕਲੋਨੀਆਂ ਚ ਰੁਕ ਰਹੀਆਂ ਚਾਹੇ ਸੜਕਾਂ ਚ ਰੁਕ ਰਹੀਆਂ ਨੇ, 25,000 ਕਿੱਲੇ ਦੇ ਖਰੀਦ ਦਾ ਸਾਡਾ ਸੜਕਾਂ ਚ ਰੁਕ ਗਿਆ, ਜਿਹੜੇ ਪੂਰੇ ਰੇਟ ਵੀ ਲੋਕਾਂ ਨੂੰ ਮਿਲੇ ਆ ਕੌਡੀਆਂ ਦੇ ਭਾਅ ਜ਼ਮੀਨਾਂ ਖਰੀਦ ਕੇ ਜਿਹੜੀ ਕੋਈ ਕੀਮਤ ਹੀ ਨੀ ਜ਼ਮੀਨ ਦੀ, ਤਾਂ ਮੈਂ ਕਹਿੰਦਾ ਜੇ ਇੱਥੇ ਖੇਤੀ ਹੋਊਗੀ ਜਾਂ ਇੱਥੇ ਆਰਗੈਨਿਕ ਖੇਤੀ ਹੋਣੀ ਸ਼ੁਰੂ ਹੋਵੇ ਜਾਂ ਸਾਡੇ ਲੋਕਾਂ ਨੂੰ ਫਸਲਾਂ ਦੇ ਭਾਅ ਮਿਲਣ ਸਹੀ ਤਰੀਕੇ ਨਾਲ ਉਹਨਾਂ ਦੀ ਮੰਡੀਕਰਨ ਹੋਵੇ ਤਾਂ ਲੋੜ ਨੀ ਹੈਗੀ। ਅੱਗੇ ਤੁਸੀਂ ਮੈਨੂੰ ਦੱਸੋ, ਅੱਗੇ ਪੰਜਾਬ ਔਖਾ ਸੀ ਤੇ ਸੌਖਾ ਸੀ ਜਦੋਂ ਫੈਕਟਰੀਆਂ ਨਹੀਂ ਸੀ। ਦੂਜੀ ਗੱਲ, ਚਲੋ ਫੈਕਟਰੀਆਂ ਵੀ ਤਾਂ ਜ਼ਰੂਰੀ ਨੇ ਲੱਖਾ ਬਾਈ, ਫੈਕਟਰੀਆਂ ਜ਼ਰੂਰੀ ਨੇ, ਪਰ ਚਲੋ ਮੈਂ ਇੱਕ ਐਗਜ਼ਾਮਪਲ ਰੱਖਦਾ ਆਪਣੇ ਦਰਸ਼ਕਾਂ ਸਾਹਮਣੇ ਵੀ, ਗੁਜਰਾਤ ਦੇ ਵਿੱਚ ਵੱਡੇ ਪੱਧਰ 'ਤੇ ਡਾਇੰਗ ਦੀਆਂ ਫੈਕਟਰੀਆਂ ਨੇ, ਇੱਕ ਬੂੰਦ ਪਾਣੀ ਬਾਹਰ ਨਹੀਂ ਸੁੱਟਦਾ, ਸਾਰਾ ਵਾਟਰ ਟ੍ਰੀਟਮੈਂਟ ਪਲਾਂਟ ਦੇ ਵਿੱਚ ਪਾਣੀ ਜਾਂਦਾ, ਉਹੀ ਪਾਣੀ ਵਰਤਿਆ ਜਾਂਦਾ। ਜੇ ਫਲਾਣੇ ਸਟੇਟ ਦੇ ਵਿੱਚ ਇਹ ਡਾਇੰਗ ਫੈਕਟਰੀਆਂ ਸਹੀ ਤਰੀਕੇ ਨਾਲ ਕੰਮ ਕਰ ਸਕਦੀਆਂ ਤਾਂ ਪੰਜਾਬ ਦੇ ਵਿੱਚ ਕਿਉਂ ਨਹੀਂ ਹੋ ਸਕਦਾ ਕੰਮ? ਬਾਈ ਜੀ ਮੈਂ ਇਹੀ ਕਹਿਣਾ ਚਾਹੁੰਦਾ ਵੀ ਤੁਸੀਂ ਗੁਜਰਾਤ ਦੀ ਗੱਲ ਕੀਤੀ ਆ, ਤਾਮਿਲਨਾਡੂ ਦਾ ਕੇਸ ਹਾਈਕੋਰਟ ਗਿਆ, ਯੈਸ, ਹਾਈਕੋਰਟ ਨੇ ਨੋਟਿਸ ਲਿਆ ਦਿੱਤੇ। ਤਾਂ ਤੁਸੀਂ ਆਪਾਂ ਇਕੱਲੇ ਇੱਥੇ ਨਾ ਦੇਖੋ, ਆਪਾਂ ਯੂਰਪ ਦੇਖ ਲਓ, ਆਪਾਂ ਅਮਰੀਕਾ, ਇੰਗਲੈਂਡ, ਅਫਰੀਕਾ ਕਿਤੇ ਦੇਖ ਲਓ, ਫੈਕਟਰੀਆਂ ਤਾਂ ਉੱਥੇ ਵੀ ਹੈਗੀਆਂ ਨੇ। ਕੀ ਉੱਥੇ ਇਹ ਪਾਣੀ ਜਿਹੜਾ ਇਹ ਦਰਿਆਵਾਂ 'ਚ ਪਾ ਰਹੇ ਨੇ, ਕੀ ਉਹ ਫੈਕਟਰੀਆਂ ਉੱਥੋਂ ਦੀਆਂ ਦਰਿਆਵਾਂ 'ਚ ਪਾਣੀ ਪਾ ਰਹੀਆਂ ਜਾਂ ਧਰਤੀ ਹੇਠਾਂ ਪਾ ਰਹੀਆਂ ਨੇ? ਵੈਸੇ ਤੁਸੀਂ ਇਹ ਦੇਖੋ ਵੀ ਪੂਰੀ ਦੁਨੀਆਂ ਦੇ ਵਿੱਚ ਕਿਤੇ ਵੀ, ਨਾਲੇ ਪਹਿਲ ਜਿਹੜੀ ਆ ਉਹ ਜ਼ਿੰਦਗੀ ਨੂੰ ਹੋਣੀ ਚਾਹੀਦੀ ਹੈ, ਪਹਿਲ ਜਿਹੜੀ ਆ ਕੁਦਰਤ ਨੂੰ ਹੋਣੀ ਚਾਹੀਦੀ ਹੈ, ਪਹਿਲ ਜਿਹੜੀ ਆ ਹੋਂਦ ਨੂੰ ਹੋਣੀ ਚਾਹੀਦੀ ਹੈ। ਟ੍ਰੀਟ ਕਰਕੇ ਪਾਣੀ ਤੁਸੀਂ ਕਿਸੇ ਵਹਿੰਦੇ ਦਰਿਆ ਦੇ ਵਿੱਚ ਜਿਹੜਾ ਪੀਣ ਯੋਗ ਪਾਣੀ ਆ ਉਹਦੇ ਵਿੱਚ ਜਾਂ ਤੁਸੀਂ ਧਰਤੀ ਹੇਠਾਂ ਨਹੀਂ ਪਾ ਸਕਦੇ, ਇਹ ਗੈਰ ਕਾਨੂੰਨੀ ਆ। ਇਹ ਤਾਂ ਤੁਸੀਂ ਹੋਰ ਦੇਖੋ ਆਪਣਾ ਬਾਈ ਜੀ ਧੌਲਾ ਫੈਕਟਰੀ ਆ, ਟ੍ਰਾਈਡੈਂਟ ਫੈਕਟਰੀ ਧੌਲੇ, ਹਾਂਜੀ ਹਾਂ, ਉਹਦੇ ਵਿੱਚ ਸੂਆ ਜਾਂਦਾ, ਜੋ ਸੂਆ ਕਹਾਂ ਜਾਂਦਾ ਕਿੱਥੇ ਆ ਇਹ ਨੀ ਪਤਾ। ਬਹੁਤ ਫੈਕਟਰੀਆਂ ਦੇ ਵਿੱਚ 20-20, 50-50 ਬੋਰ ਥੱਲੇ ਇਕੱਠੇ ਕੀਤੇ ਹੋਏ ਨੇ, ਜਿਹੜੇ ਲੱਖਾਂ ਲੀਟਰ ਪਾਣੀ ਰੋਜ਼ ਥੱਲੇ ਕੱਢ ਕੇ, ਜੋ ਪਾਣੀ ਜਾਂਦਾ ਕਿੱਥੇ ਆ ਉਹਨਾਂ ਨੂੰ ਰੰਗ ਕੇ ਉਦੋਂ ਬਾਅਦ ਚ ਕੈਮੀਕਲ ਮਿਲਾ ਦਿੱਤੇ ਜਾਂਦੇ, ਉਹ ਪਾਣੀ ਮੋੜ ਕੇ ਫੇਰ ਧਰਤੀ ਹੇਠਾਂ ਪਾ ਦਿੱਤਾ ਜਾਂਦਾ। ਸਾਡੇ ਇਕੱਲੇ ਦਰਿਆ ਨੀ, ਸਾਡੇ ਪੱਤਣਾਂ ਦੇ ਥੱਲੇ ਜਿਹੜਾ ਪਾਣੀ ਪ੍ਰਦੂਸ਼ਿਤ ਕੀਤਾ ਜਾ ਰਿਹਾ। ਅੱਜ ਤੋਂ 3 ਦਿਨ ਪਹਿਲਾਂ ਹਾਈਕੋਰਟ ਨੇ ਇੱਕ 14 ਸਾਲ ਪਹਿਲਾਂ ਪਾਈ ਹੋਈ ਪਟੀਸ਼ਨ ਦਾ ਫੈਸਲਾ ਕੀਤਾ, ਉਹਦੇ ਸੁਣਵਾਈ ਕੀਤੀ ਹੈ ਕਿ ਪੰਜਾਬ ਸਰਕਾਰ ਇਹ ਝੂਠ ਬੋਲ ਰਹੀ ਆ ਵੀ ਜਿਹੜਾ ਜੇਨੀ ਪਾਣੀ ਦੇ ਵਿੱਚ ਬਹੁਤ ਵੱਡੀ ਮਾਤਰਾ ਚ ਆ, ਪਰ ਪੰਜਾਬ ਸਰਕਾਰ ਨੇ ਆਪਣੀ ਰਿਪੋਰਟ ਚ ਕਿਹਾ ਵੀ ਪਾਣੀ ਦੇ ਵਿੱਚ ਕੋਈ ਜੇਨੀਅਮ ਨਹੀਂ ਆ। ਆਹੋ ਬਿਲਕੁਲ, 73% ਸੈਂਪਲ ਫੇਲ ਆਏ ਨੇ ਮੁਕਤਸਰ ਜ਼ਿਲ੍ਹੇ ਦੇ, 73% ਪਾਣੀ ਦੇ ਸੈਂਪਲ ਫੇਲ ਹੋਏ ਨੇ, ਇੱਥੋਂ ਅੰਦਾਜ਼ਾ ਲਾਓ ਕਿ ਪਾਣੀ ਦੇ ਹਾਲਾਤ ਕੀ ਨੇ। ਬਿਲਕੁਲ ਠੀਕ ਹੈ, ਮੈਂ ਇੱਕ ਮਿੰਟ ਆ ਗਿਆ ਬਾਈ ਜੀ ਤੁਹਾਡੇ ਕੋਲ ਵਾਪਸ, ਜਸਕਿਰਤ ਸਿੰਘ। ਜਸਕਿਰਤ ਜੀ, ਸਵਾਲ ਸਭ ਤੋਂ ਵੱਡਾ ਇਹ ਖੜਾ ਹੁੰਦਾ, ਐਨਜੀਟੀ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਬਿਨਾਂ ਦੰਦਾਂ ਵਾਲੀ ਉਹ ਸੰਸਥਾ ਜਿਹੜੀ ਸਿਰਫ ਬੋਲ ਸਕਦੀ ਹੈ, ਕਰ ਕੁਛ ਨਹੀਂ ਸਕਦੀ, ਅੱਜ 1,000+ ਕਰੋੜ ਰੁਪਈਏ ਜੁਰਮਾਨਾ ਲਾਇਆ, ਇਹ ਤੋਂ ਬਾਅਦ ਫਿਰ ਪਟੀਸ਼ਨ ਪਾਈ ਜਾਊਗੀ, ਸੁਪਰੀਮ ਕੋਰਟ ਜਾਇਆ ਜਾਊਗਾ, ਉਹ ਮਸਲਾ ਇੱਦਾਂ ਦੇ ਰਹਿੰਦਾ। ਕੀ ਤੁਹਾਨੂੰ ਲੱਗਦਾ ਅਜਿਹੀਆਂ ਸੰਸਥਾਵਾਂ ਨੂੰ ਦੇਖ ਨਹੀਂ ਰਹੇ, ਤੁਹਾਨੂੰ ਦਿਖ ਰਿਹਾ, ਲੱਖੇ ਬਾਈ ਨੂੰ ਦਿਖ ਰਿਹਾ, ਸਾਰੀ ਦੁਨੀਆਂ ਨੂੰ ਦਿਖ ਰਿਹਾ ਕਿ ਕੀ ਹਾਲ ਹੋ ਰਹੇ ਨੇ, ਫਿਰ ਐਨਜੀਟੀ ਕਿਉਂ ਸੁੱਤਾ ਪਿਆ? ਦੇਖੋ ਇਹ ਸਾਡੇ ਸਿਸਟਮ ਦੀ ਇੱਕ ਤ੍ਰਾਸਦੀ ਹੈ ਕਿ ਜਿਹੜੀ ਜੁਡੀਸ਼ਰੀ ਹੈ ਉਹਦੀ ਇੱਕ ਜਿਹੜੀ ਹੈ ਬੜੀ ਲਿਮਿਟੇਸ਼ਨ ਹੈ ਕਿ ਉਹ ਸਿਰਫ ਇੱਕ ਆਰਡਰ ਪਾਸ ਕਰ ਸਕਦੇ ਆ, ਇੰਪਲੀਮੈਂਟ ਕਰਾਉਣਾ ਬਹੁਤੇ ਹੱਦ ਤੱਕ ਜਿਹੜਾ ਹੈ ਉਹ ਸਰਕਾਰ ਦੇ ਉੱਤੇ ਆ ਜਾਂਦਾ ਹੈ। ਸਰਕਾਰਾਂ ਜਿਹੜੀਆਂ ਹੈਗੀਆਂ ਉਹ ਜੇ 40 ਸਾਲ ਨਹੀਂ ਕਰ ਸਕੀਆਂ
ਤੇ ਉਹਨਾਂ ਦੇ ਨੱਕ ਦੇ ਥੱਲੇ ਸਭ ਕੁਝ ਹੋ ਰਿਹਾ ਜੋ ਗਲਤ ਹੈ, ਜੋ ਕਰਪਸ਼ਨ ਹੈ ਉਹਨਾਂ ਦੇ ਸਾਹਮਣੇ ਹੋ ਰਿਹਾ, ਤੇ ਫਿਰ ਗੱਲ ਉਹੀ ਹੈ ਵੀ ਕੋਈ ਨਾ ਕੋਈ ਘਾਟ ਤੇ ਰਹਿ ਗਈ ਹੈ। ਔਰ ਸਾਨੂੰ ਏਦਾਂ ਲੱਗਦਾ ਕਿ ਸ਼ਾਇਦ ਉਹ ਪਬਲਿਕ ਦਾ ਇੱਕ ਡੰਡਾ ਨਜ਼ਰ ਨਹੀਂ ਆਇਆ ਸਰਕਾਰਾਂ ਨੂੰ ਹਾਲੇ ਤੱਕ ਕਿ ਪ੍ਰੈਸ਼ਰ ਜਿਹੜਾ ਲੋਕਾਂ ਨੇ ਮੰਗਿਆ ਨੀ ਪੰਜਾਬੀ, ਸ਼ਾਇਦ ਨਾ ਜਿਵੇਂ ਗੁਜਰਾਤ ਵਿੱਚ ਜਿਵੇਂ ਤੁਸੀਂ ਗੱਲ ਕੀਤੀ ਵੀ ਠੀਕ ਹੋ ਗਿਆ, ਗੁਜਰਾਤੀ ਸ਼ਾਇਦ ਐਕਸਪੈਕਟ ਕਰਦੇ ਆਪਣੀਆਂ ਸਰਕਾਰਾਂ ਤੋਂ, ਤੇ ਉਹ ਸ਼ਾਇਦ ਉਹਨਾਂ ਨੂੰ ਗੁੱਸਾ ਕਰਦੇ ਇਸ ਗੱਲ ਦਾ, ਪੰਜਾਬੀਆਂ ਨੇ ਸ਼ਾਇਦ ਕੀਤਾ ਨੀ, ਤੇ ਅਸੀਂ ਇਹ ਗੱਲ ਮੰਗਣੋਂ ਵੀ ਰਹਿ ਗਏ, ਸਰਕਾਰਾਂ ਨੂੰ ਡਰਾਉਣੋਂ ਵੀ ਰਹਿ ਗਏ, ਸਰਕਾਰਾਂ ਸਾਨੂੰ ਭਟਕਾ ਵੀ ਗਈਆਂ ਹੋਰ ਅਨਇੰਪੋਰਟੈਂਟ ਮਸਲਿਆਂ ਤੇ, ਸਾਡੀ ਪ੍ਰਾਇੋਰਟੀ ਸ਼ਾਇਦ ਕੁਝ ਹੋਰ ਹੀ ਰਹੀ। ਹੁਣ ਅਸੀਂ ਇਹ ਫੋਕਸ ਜਿਹੜਾ ਵਾਪਸ ਆਪਣੇ ਇੰਪੋਰਟੈਂਟ ਮਸਲਿਆਂ ਤੇ, ਹੋਂਦ ਦੇ ਮਸਲਿਆਂ ਤੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਤੇ ਪਰ ਤੁਹਾਨੂੰ ਲੱਗਦਾ ਜਸਕਿਰ ਜੀ ਸਰਕਾਰ ਦੇ ਕੰਨਾਂ ਤੇ ਜੂ ਰਹਿੰਗੇ ਕਿ ਤੁਸੀਂ ਧਰਨਾ ਰੋਸ ਮੁਜ਼ਾਹਰੇ ਦੀ ਵੀ ਗੱਲ ਕੀਤੀ ਹੈ, ਤੁਸੀਂ ਬੰਨ ਮਾਰਨ ਦੀ ਵੀ ਗੱਲ ਕੀਤੀ ਹੈ, ਫਰਕ ਪਊ ਕੋਈ? ਲੱਗਦੀ ਹੈ ਜੀ ਆ ਜਿਹੜਾ ਤੁਸੀਂ ਦੇਖਿਆ ਕਿ ਆ ਕੋਈ ਮੀਲ ਕਿਹੜਾ ਪੱਥਰ ਤੋੜ ਕੇ ਆਪਣੇ ਘਰ ਲੈ ਗਏ ਹੈ, ਤੇ ਚਲੋ ਥੋੜੀ ਜੀ ਸ਼ਰਮ ਤੇ ਆਈ ਲੱਗਦੀ ਹੈ, ਬਾਕੀ ਤੇ ਥੋੜੀ ਜੀ ਆਈ ਹੈ। ਸਾਡਾ ਪਰਪਸ ਸੀਗਾ ਥੋੜੀ ਜੀ ਵੱਧ ਲੈਣਾ, ਥੋੜੀ ਹੋਰ ਕੱਲ ਤੱਕ ਸ਼ਾਇਦ ਹੋਰ ਆਜੂਗੀ, ਮੈਨੂੰ ਲੱਗਦਾ ਕਿ ਇਹਦਾ ਇੱਕ ਫਾਇਦਾ ਹੀ ਹੋਊਗਾ, ਕੱਲ ਸ਼ਾਇਦ ਹੋਰ ਲੋਕ ਵੱਧ ਆਣਗੇ, ਤੁਹਾਡਾ ਪ੍ਰੋਗਰਾਮ ਦੇਖ ਰਹੇ ਹੋਣਗੇ ਜੀ, ਤੇ ਗੋਬੀ ਜੀ ਦਾ ਧੰਨਵਾਦ ਕਰਦੇ ਹਾਂ ਅਸੀਂ ਉਹਦੇ ਕਰਕੇ ਕਿ ਸਾਡਾ ਹੋਰ ਲੋਕ ਆਣਗੇ, ਉਹਦੇ ਕਰਕੇ ਹੋਰ ਸ਼ਾਇਦ ਥੋੜੀ ਸ਼ਰਮ ਸਰਕਾਰ ਨੂੰ ਆ ਜਾਵੇ, ਪਰ ਪ੍ਰੈਸ਼ਰ ਲੋਕਾਂ ਦਾ ਚਾਹੀਦਾ ਹੈ, ਲੋਕ ਸਾਥ ਦੇਣਗੇ ਤਾਂ ਹੀ ਇਹ ਮਸਲੇ ਹੱਲ ਹੋਣੇ ਹੈ। ਲੋਕਾਂ ਨੂੰ ਇਹ ਸਮਝਣਾ ਪਊਗਾ ਕਿ ਭਾਈ ਬਿਨਾਂ ਡੰਡਾ ਚੱਕੇ ਮਸਲੇ ਹੱਲ ਨਹੀਂ ਹੋਣੇ। ਖੈਰ ਸਾਹਿਬ ਇੱਕ ਬੜਾ ਅਹਿਮ ਸਵਾਲ ਹੈ, ਕਿਉਂਕਿ ਤੁਹਾਨੂੰ ਚੰਗੀ ਤਰ੍ਹਾਂ ਯਾਦ ਹੋਵੇਗਾ ਕਿ ਲਾਸਟ ਟਾਈਮ ਜਿਹੜਾ ਮੱਤੇਵਾੜਾ ਵਾਲਾ ਇਸ਼ੂ ਸੀਗਾ ਉਹਦੇ ਵਿੱਚ ਇੰਡਸਟਰੀਲਿਸਟ ਵੀ ਅੱਗੇ ਆਏ ਸੀਗੇ, ਉਹ ਇੰਡਸਟਰੀਲਿਸਟ ਨੇ ਵੀ ਕਿਹਾ ਸੀਗਾ ਵੀ ਸਾਨੂੰ ਕੋਈ ਲੋੜ ਨਹੀਂ ਇੱਥੇ ਇੰਡਸਟਰੀ ਲਾਉਣ ਦੀ, ਸਾਨੂੰ ਕੋਈ ਲੋੜ ਨਹੀਂ ਸਸਤੀਆਂ ਜ਼ਮੀਨਾਂ ਦੇਣ ਦੀ, ਤੁਸੀਂ ਇੱਥੋਂ ਇੰਡਸਟਰੀ ਨਹੀਂ ਲਾਉਣੀ। ਇਸ ਮਸਲੇ 'ਤੇ ਇੰਡਸਟਰੀ ਅੱਗੇ ਨਹੀਂ ਆ ਰਹੀ, ਇਸ ਮਸਲੇ 'ਤੇ ਉਹ ਕਾਰਖਾਨੇ ਉਹ ਫੈਕਟਰੀਆਂ ਲਈ ਤੁਹਾਡਾ ਸਾਥ ਨਹੀਂ ਦੇ ਰਹੇ? ਏਪੈਕਸ ਚੈਂਬਰ ਆਫ ਕਾਮਰਸ ਨੇ ਇਸ ਗੱਲ ਨੂੰ ਮੰਨ ਲਿਆ ਹੈਗਾ ਜੀ ਕਿ ਬੁੱਢਾ ਦਰਿਆ ਗੰਦਾ ਕੀਤਾ ਜਾ ਰਿਹਾ ਹੈ, ਔਰ ਜਿਹੜੀ ਗੱਲ ਆਪਾਂ ਨੂੰ ਦਿਖਦੀ ਹੈ ਜੀ ਉਹ ਸਭ ਨੂੰ ਦਿਖਦੀ ਹੈ ਜੀ। ਅੱਜ ਦੀ ਡੇਟ ਦੇ ਵਿੱਚ ਅਵੇਅਰਨੈਸ ਨਾਮ ਦੀ ਸਾਨੂੰ ਲੋੜ ਨਹੀਂ ਹੈ, ਬੱਚੇ ਬੱਚੇ ਨੂੰ ਪਤਾ ਕਿ ਪਾਣੀ ਗੰਦਾ ਕਿਉਂ ਹੋ ਰਿਹਾ, ਕਾਨੂੰਨ ਦੀ ਪਾਲਣਾ ਨਹੀਂ ਕੀਤੀ ਜਾ ਰਹੀ, ਕਾਗਜ਼ਾਂ ਦੇ ਵਿੱਚ ਕਾਨੂੰਨ ਹੋਰ ਹੁੰਦੇ ਨੇ, ਜਦੋਂ ਪ੍ਰੈਕਟੀਕਲੀ ਗੱਲ ਕੀਤੀ ਜਾਂਦੀ ਹੈ ਉਸ ਟਾਈਮ ਬਹੁਤ ਸਾਰੇ ਜਿਸ ਤਰ੍ਹਾਂ ਕਹਿ ਦਈਏ ਕਿ ਮਨੀ ਮੇਕਸ ਦੀ ਮੇਅਰ ਗੋ, ਬਿਨਾਂ ਕਰਪਸ਼ਨ ਤੋਂ ਇਹ ਤਰਾਸਦੀ ਨਹੀਂ ਬਣੀ, ਕਾਨੂੰਨ ਦੀ ਜਿਹੜੀਆਂ ਉਲੰਘਣਾਵਾਂ ਹੋ ਰਹੀਆਂ ਨੇ ਉਹਦੇ ਲਈ ਸਾਨੂੰ ਲਾਮਬੰਦੀ ਹੀ ਹੱਲ ਰਹਿ ਗਿਆ, ਫਿਰ ਦੇਖਦੇ ਹਾਂ ਜੀ ਕੀ ਬਣਦਾ। ਚਲੋ ਇੱਕ ਆਖਰੀ ਸਵਾਲ ਲੱਖਾ ਸਦਾਣਾ ਬਾਈ, ਕਿਉਂਕਿ ਪੰਜਾਬ ਦਾ ਮਾਹੌਲ ਵੈਸੇ ਹੀ ਬੜਾ ਤਲਖ ਚੱਲ ਰਿਹਾ ਅੱਜ ਕੱਲ੍ਹ, ਤੁਹਾਨੂੰ ਪਤਾ ਹੀ ਹੈ ਜਿਵੇਂ ਦੇ ਹਾਲਾਤ ਨੇ, ਤੁਹਾਨੂੰ ਲੱਗਦਾ ਨਹੀਂ ਕਿ ਤੁਹਾਡਾ ਕਦਮ ਹੈ ਜਿਹੜਾ ਇਹ ਹੱਲ ਵੱਲ ਜਾਊਗਾ ਜਾਂ ਵਿਵਾਦ ਵੱਲ ਜਾਊਗਾ? ਹਾਂਜੀ ਮੈਂ ਦੁਬਾਰਾ ਮਾੜਾ ਜਿਹਾ ਸਵਾਲ, ਮੇਰਾ ਸਵਾਲ ਇਹ ਹੈ ਜੀ ਕਿ ਜਿਹੜਾ ਤੁਸੀਂ ਹੁਣ ਐਕਸ਼ਨ ਪਲਾਨ ਕੀਤਾ ਹੋਇਆ ਭਾਵੇਂ ਉਹ ਧਰਨੇ ਦਾ ਰੋਸ ਮੁਜ਼ਾਹਰੇ ਦਾ ਹੋਵੇ ਜਾਂ ਬੰਨ ਮਾਰਨ ਦਾ ਹੋਵੇ, ਉਹ ਹੱਲ ਵੱਲ ਜਾਊਗਾ ਜਾਂ ਵਿਵਾਦ ਵੱਲ ਜਾਊਗਾ? ਸਾਡੇ ਕੋਲੇ ਕੋਈ ਰਾਹ ਹੀ ਨਹੀਂ ਬਚਦਾ ਜੀ, 35-40 ਸਾਲ ਤੋਂ ਕਿੰਨੀਆਂ ਸਰਕਾਰਾਂ ਇੱਥੇ ਆਈਆਂ, ਹਰ ਵਾਰੀ ਸਿਆਸਤ ਹੋਈ ਬੁੱਢੇ ਦਰਿਆ ਤੇ ਸਤਲੁਜ ਨੂੰ ਲੈ ਕੇ ਲੋਕਾਂ ਦੀਆਂ ਜ਼ਿੰਦਗੀਆਂ ਜਾਂਦੀਆਂ ਰਹੀਆਂ, ਜਾਨਾਂ ਜਾਂਦੀਆਂ ਰਹੀਆਂ, ਪਰ ਹਰ ਵਾਰੀ ਸਿਆਸਤ ਹੋ ਕੇ ਮੁੱਦਾ ਉੱਥੇ ਦਾ ਉੱਥੇ ਖੜਦਾ ਰਿਹਾ। ਸੋ ਇਸ ਵਾਰੀ ਅਸੀਂ ਕਦਮ ਚੱਕਿਆ ਤੇ ਇਹਨੂੰ ਇੱਕ ਪਾਸੇ ਲਾ ਕੇ ਛੱਡਾਂਗੇ, ਜਾਂ ਤਾਂ ਫਿਰ ਸਾਨੂੰ ਚੱਕ ਕੇ ਜੇਲ੍ਹਾਂ 'ਚ ਬੰਦ ਕਰਨਗੇ, ਤੇ ਜਾਂ ਫਿਰ ਲੋਕ ਇਹ ਐਤਕੀ ਜ਼ਹਿਰਾਂ ਬੰਦ ਕਰ ਦੇਣਗੇ। ਹੁਣ ਵਿਵਾਦ ਵਾਲੀ ਦਾ ਕੋਈ ਗੱਲ ਦਿਖਦੀ ਨੀ। ਮੈਂ ਇਹ ਕਹਿਣਾ ਚਾਹੁੰਦਾ ਜਿਹੜੇ ਬੰਦੇ ਇਹਨੂੰ ਇਹ ਕਹਿੰਦੇ ਆ ਕਿ ਪਾਣੀ ਬਿਨਾਂ ਗੱਲ ਤੋਂ ਰੌਲਾ ਪਾਇਆ ਜਾ ਰਿਹਾ, ਪਰ ਤੁਹਾਨੂੰ ਚੈਲੰਜ ਕਰਦਾ ਕਿ ਤੁਸੀਂ ਮੇਰੇ ਨਾਲ ਬੁੱਢੇ ਦਰਿਆ ਤੋਂ ਨੀ, ਸਤਲੁਜ ਤੋਂ, ਹਰੀਕਿਸ਼ਨ ਤੋਂ, ਅੱਗੇ ਜਿੱਥੋਂ ਇੰਦਰਾ ਗਾਂਧੀ ਨਹਿਰ ਜਿਹੜੀ ਰਾਜਸਥਾਨ ਨੂੰ ਜਾਂਦੀ ਆ, ਸਰਹੰਦ ਜਿਹੜੀ ਪੰਜਾਬ ਵਾਲੀ, ਉੱਥੋਂ ਕਿਤੋਂ ਵੀ ਤੁਸੀਂ ਬੂੰਦ ਪਾਣੀ ਪੀ ਲਓ, ਬੂੰਦ
ਕਿਉਂਕਿ ਫਰੀਦਕੋਟ ਨਹਿਰਾਂ ਦੇ ਉੱਤੇ ਖੜੇ ਨਲਕਿਆਂ ਦਾ ਜਿਹੜਾ ਸੈਂਪਲ ਆਇਆ ਨਾ, ਉਹ ਸੈਂਪਲ ਲੈ ਕੇ ਟੈਸਟ ਆਇਆ, ਉਹਦੇ ਵਿੱਚ ਵੀ ਰੇਂਦੀਆਂ ਆਇਆ। ਆਪਾਂ ਕਹਿੰਦੇ ਨਹਿਰ ਦੇ ਨੇੜੇ ਨਲਕੇ ਲੱਗੇ ਨੇ, ਪਾਣੀ ਵਧੀਆ ਹੋਊਗਾ। ਉਹ ਕਿੱਥੇ ਤੱਕ ਮਾਰ ਕਰ ਰਹੇ ਫਿਰ, ਕੀ ਰਾਹ ਬਚਿਆ? ਇੱਥੇ ਕੋਈ ਸੁਣਵਾਈ ਨੀ। ਤੁਸੀਂ ਦੇਖੋ 26,000 ਰੁੱਖਾਂ ਦਾ ਕਤਲ ਹੋਇਆ ਸਰਹੰਦ ਰੋਡ, ਸਰਹੰਦ ਪਟਿਆਲੇ ਤੱਕ ਐਨਜੀਟੀ ਦੇ ਹੁਕਮਾਂ ਦੇ ਬਾਵਜੂਦ ਵੀ ਕਿਸੇ ਨੇ ਕੋਈ ਪਰਵਾਹ ਨੀ ਕੀਤੀ। ਇੱਥੇ ਕਾਨੂੰਨਾਂ ਦੀ ਪਾਲਣਾ ਨੀ ਹੋ ਰਹੀ, ਇੱਥੇ ਆਮ ਬੰਦੇ ਦੀ ਸੁਣਵਾਈ ਕੀ ਹੈ? ਇੱਥੇ ਲੋਕ ਉੱਠ ਕੇ, ਲੋਕਾਂ ਨੇ ਜੀਰਾ ਫੈਕਟਰੀ ਬੰਦ ਕਰਾਈ ਹੈ, ਲੋਕਾਂ ਨੇ ਮੱਤੇ ਵਾਲਾ ਜੰਗਲ ਬਚਾਇਆ, ਲੋਕਾਂ ਨੇ ਕਿਸਾਨੀ ਮੋਰਚਾ ਫਤਿਹ ਕੀਤਾ, ਲੋਕ ਹੀ ਉੱਠ ਕੇ ਜ਼ਹਿਰਾਂ ਬੰਦ ਕਰ ਲਏ। ਚਲੋ, ਬਹੁਤ ਬਹੁਤ ਧੰਨਵਾਦ ਤਿੰਨੇ ਖਾਸ ਮਹਿਮਾਨਾਂ ਦਾ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਉਮੀਦ ਕਰਦੇ ਹਾਂ ਕਿ ਸਰਕਾਰ ਦੇ ਕੰਨਾਂ ਤੱਕ ਆਵਾਜ਼ ਜ਼ਰੂਰ ਪਹੁੰਚੇਗੀ, ਕਿਉਂਕਿ ਲੋਕ ਜਦੋਂ ਲਾਮਬੰਦ ਹੋ ਜਾਣ ਤਾਂ ਵੱਡੀਆਂ ਵੱਡੀਆਂ ਸਰਕਾਰਾਂ ਹਿੱਲ ਜਾਂਦੀਆਂ ਨੇ, ਔਰ ਇਸ ਮਸਲੇ ਦਾ ਹੱਲ ਪ੍ਰਾਇਓਰਟੀ ਨਾਲ ਕਰਨਾ ਚਾਹੀਦਾ, ਕਿਉਂਕਿ ਇਹ ਮਸਲਾ ਸਾਡੀ ਜ਼ਿੰਦਗੀ ਦੇ ਨਾਲ ਜੁੜਿਆ ਹੋਇਆ। ਦੇਸ਼ ਦੁਨੀਆਂ ਦੀ ਬਾਕੀ ਖਬਰਾਂ ਲਈ ਬਣ ਰਹੋ PTC ਨਿਊਜ਼ ਨਾਲ। ਧੰਨਵਾਦ।